सतनाम वाहे गुरु साहिब जीओ, हर बोल मना छंद तव प्रसाद, करुणालय अर कल्याण खल खंडन है, मह मंडन है, जगत्वेश्वर है, परमेश्वर है, कल कारण है, सर्व उबारण है, त्रित के त्रण है, जग के करण है, मन माने है, जग जाने है, सर्वं पर है, सर्वं कर है, सर्व पास्य है, सर्वनाश्य है, करुणा कर है, विश्वंबर है, सर्वेश्वर है, जगतेश्वर है, सर्वेश्वर है, जगतेश्वर है। वाहे गुरु जी का खालसा, वाहे गुरु जी की फतेह। गरीब नवाज पातशाह सतगुरु, दीन दुनिया दे मालक, शतर चवर तखत दे मालक सतगुरु, गुरु ग्रंथ साहिब पातशाह जी दी पावन हजूरी विच अमृत वेले दे दीवान विच पहुँच के आप जी चल रहे वक्त दी धारा विचों इस समय नूं सफल कर रहे हो। गुरु गोबिंद सिंह पातशाह जी दे पावन मुखारबिंद तो उचारण कीती हुई महान बाणी जाप साहब, जिस दे अज 171 तो लैके 75 तक पांच शंत आप जी ने सरवण कीते। इन्हां शंतां दा सिरलेख हजूर ने बहुत सुंदर दिता है। कहिंदे ने करुणालय है, तू करुणा दा घर है। एक शब्द दया है जो गुरु ग्रंथ साहिब जी दी बाणी विच वार वार आया है। सतगुर दया करे सुखदाता, हम लावै आपन पाली। दया करनी एक शब्द तरस है, तरस पया मेहरामत होई। ये वक्रे वक्रे शब्द ने, तरस, दया, कृपा, मेहर, और एक शब्द अज गुरु कलगीधर पातशाह ने कहा करुणा। करुणा जमा आलिया, आलिया का अर्थ होंदा घर, आलिया का अर्थ है आलना, आलने का अर्थ है घर। ये सारे शब्द जेड़े इको दशा दे कई नाम ने, एक चीज दे कई नाम रखे गए ने। जिवें आपां कहने ये एक बुखार है जिहड़ा कुछ पॉइंट चढ़िया, उहनूं कहांगे तरस। जदों किसे वल वेख के गुरु नूं तरस आ जाए, उहदी यतीमता ते,
ਉਹਦੀ ਹੀਨਤਾ ਦੇ ਉੱਤੇ, ਉਹਦੇ ਅਵਗੁਣਾਂ ਦੇ ਭਰੇ ਹੋਏ ਜੀਵਨ ਵੱਲ ਵੇਖ ਕੇ ਗੁਰੂ ਨੂੰ ਜਿਸ ਬੰਦੇ 'ਤੇ ਤਰਸ ਆਉਂਦਾ ਹੈ, ਉਹ ਤਰਸ ਉਸ ਇਕੱਲੇ ਪ੍ਰਤੀ ਹੈ, ਦੂਜਿਆਂ ਵਾਸਤੇ ਨਹੀਂ ਹੈ। ਉਹ ਸਿਰਫ ਇਕੱਲੇ ਨੂੰ ਚੁਣਦੇ ਨੇ ਸਤਿਗੁਰੂ, ਉਹਦੇ ਉੱਤੇ ਤਰਸ, ਦੂਜਿਆਂ 'ਤੇ ਨਹੀਂ। ਇਹਦੇ ਤੋਂ ਅੱਗੇ ਦਇਆ ਹੈ। ਦਇਆ ਇੱਕ ਸੁਭਾਅ ਦਾ ਨਾਮ ਹੈ। ਗੁਰੂ ਸਦਾ ਦਇਆ ਵਿੱਚ ਰਹਿੰਦੇ ਨੇ ਔਰ ਸਤਿਗੁਰ ਪੁਰਖ ਨਿਰਵੈਰ ਹੈ, ਤਿਸ ਨੂੰ ਦਇਆ ਸਦਾ ਹੋਏ। ਦਇਆ ਵੀ ਇੱਕ ਦਸ਼ਾ, ਜਿਵੇਂ ਥੋੜ੍ਹਾ ਜਿਹਾ ਮੈਂ ਉਦਾਹਰਣ ਦੇ ਰਿਹਾ ਵੀ ਇੱਕੋ ਚੀਜ਼ ਦੇ ਕਈ ਨਾਮ ਨੇ। ਜਿਵੇਂ ਬੁਖਾਰ ਥੋੜ੍ਹਾ ਜਿਹਾ ਹੋਰ ਵੱਧ ਗਿਆ, 102 'ਤੇ ਚਲਾ ਗਿਆ, ਸਰੀਰ ਅੱਗੇ ਨਾਲੋਂ ਜ਼ਿਆਦਾ ਭਖਣ ਲੱਗ ਗਿਆ, ਪਰ ਜਦੋਂ ਬੁਖਾਰ ਇੰਨਾ ਚਲਾ ਜਾਂਦਾ ਵੀ 107 ਨੂੰ ਪਾਰ ਕਰਦਾ ਹੈ, ਉਦੋਂ ਫਿਰ ਜਿਸ ਨੂੰ ਬੁਖਾਰ ਚੜਿਆ ਉਹਦੀ ਦਸ਼ਾ ਵੱਖਰੀ ਹੈ, ਉਹ ਬੇਹੋਸ਼ ਹੋ ਜਾਂਦਾ। ਤਾਂ ਜਦੋਂ ਦਇਆ ਬਹੁਤ ਵੱਧ ਜਾਏ, ਉਹਨੂੰ ਕਹਿੰਦੇ ਨੇ ਕਰੁਣਾ। ਦਇਆ ਜ਼ਿਆਦੀ ਹੋ ਜਾਏ, ਉਹਦੀ ਜਿਹੜੀ ਅੰਦਰ ਮਿਕਦਾਰ ਹੈ, ਪਰਸੈਂਟੇਜ ਹੈ ਜਿਹੜੀ, ਉਹ ਜਦੋਂ ਬਿਲਕੁਲ 100% 'ਤੇ ਚਲੀ ਜਾਏ ਦਇਆ, ਤਾਂ ਉਦੋਂ ਬਣਦੀ ਹੈ ਕਰੁਣਾ। ਕਰੁਣਾ ਸ਼ਬਦ ਬਹੁਤ ਮਹਿੰਗਾ, ਕਰੁਣਾਲਿਆ ਹੈ। ਅਕਾਲ ਪੁਰਖ ਨੂੰ ਕਹਿੰਦੇ ਨੇ ਤੂੰ ਕਰੁਣਾਲਿਆ, ਤੇਰੇ ਵਿੱਚ ਕਰੁਣਾ ਰਹਿੰਦੀ ਹੈ। ਤੇ ਜਦੋਂ ਕੋਈ ਉਹਨੂੰ ਜਪਦਾ ਹੈ, ਉਹਨੂੰ ਪਿਆਰ ਕਰਦਾ ਹੈ, ਤੇ ਇੱਕ ਦਿਨ ਉਹਦੇ ਵਿੱਚ ਵੀ ਪਹਿਲਾਂ ਤੇ ਤਰਸ ਆਏਗਾ ਉਹਦੇ ਮਨ ਵਿੱਚ, ਫਿਰ ਦਇਆ ਆਵੇਗੀ, ਫਿਰ ਇੱਕ ਦਿਨ ਐਸੇ ਸਰੀਰ ਵਿੱਚੋਂ, ਗੁਰਮੁਖ ਵਿੱਚੋਂ, ਗੁਰਸਿੱਖ ਵਿੱਚੋਂ ਕਰੁਣਾ ਦਾ ਜਨਮ ਹੁੰਦਾ ਹੈ। ਕਰੁਣਾ ਕਿਸ ਨੂੰ ਕਹਿੰਦੇ ਨੇ? ਜਿਹੜੀ ਸਾਰਿਆਂ 'ਤੇ ਲਗਾਤਾਰ ਰਵੇ। ਉਹ ਇਹ ਨਹੀਂ ਵਹਿੰਦੀ ਵੀ ਇਹ ਜਿਉਂਦਾ ਆਦਮੀ ਹੈ ਜਾਂ ਇਹ ਜੜ ਚੀਜ਼ ਹੈ। ਇਹ ਥੋੜ੍ਹਾ ਜਿਹਾ ਵਿਸ਼ਾ ਆਪ ਜੀ ਨੇ ਸਮਝਣਾ। ਕਰੁਣਾ ਦੇ ਅਰਥ ਨੇ ਜੜ ਅਤੇ ਚੇਤਨ ਦੋਵਾਂ 'ਤੇ ਦਇਆ ਕਰੀ ਜਾਣੀ। ਜੜ ਦਾ ਅਰਥ ਹੈ ਜਿਵੇਂ ਕੰਧਾਂ ਨੇ, ਕੱਪੜਾ ਹੈ, ਇਹ ਫੁੱਲ ਪਏ ਹੋਏ ਨੇ, ਇਹ ਸਾਰੀਆਂ ਜੜ ਚੀਜ਼ਾਂ ਨੇ, ਜੜ ਮਾਇਆ ਹੈ। ਚੇਤਨ ਜਿਹੜੀ ਮਾਇਆ, ਉਹਦੇ ਅਰਥ ਨੇ ਜਿਵੇਂ ਮਨੁੱਖ ਦਾ ਸਰੀਰ ਹੈ, ਇਸਤਰੀ ਦਾ ਸਰੀਰ ਹੈ, ਕਿਸੇ ਪਸ਼ੂ ਦਾ ਸਰੀਰ ਹੈ, ਕਿਸੇ ਪੰਛੀ ਦਾ ਸਰੀਰ ਹੈ। ਆਪਾਂ ਕਿਸੇ ਮੱਛੀਆਂ ਨੂੰ ਕੋਈ ਦਾਣੇ ਪਾਉਂਦਾ ਹੈ ਪਾਣੀ ਵਿੱਚ, ਉਹ ਸਿਰਫ ਚੇਤਨ ਸੱਤਾ ਦੇ ਨਾਲ ਪਿਆਰ ਕਰ ਰਿਹਾ ਹੈ। ਉਹ ਜਿਸ ਪੁਲ ਦੇ ਉੱਤੇ ਖਲੋ ਕੇ ਪਾ ਰਿਹਾ, ਉਹਨੂੰ ਉਸ ਪੁਲ ਨਾਲ ਪਿਆਰ ਨਹੀਂ ਹੈ। ਧਿਆਨ ਦੇਣਾ, ਉਹ ਸਿਰਫ ਜਿਉਂਦੀਆਂ ਜਿਉਂਦੀਆਂ ਚੀਜ਼ਾਂ ਦੇ ਨਾਲ, ਸਰੀਰਾਂ ਨਾਲ ਸਨੇਹ ਕਰਦਾ ਹੈ। ਪਰ ਜਿੱਦਣ ਕਿਸੇ ਦੇ ਵਿੱਚ ਕਰੁਣਾਲਿਆ ਹੈ, ਕਰੁਣਾ ਆ ਜਾਂਦੀ ਹੈ, ਤਾਂ ਫਿਰ ਉਹ ਕੱਪੜਿਆਂ ਨਾਲ ਵੀ ਪਿਆਰ ਕਰਨ ਲੱਗ ਪੈਂਦਾ ਹੈ, ਫਿਰ ਉਹ ਕੰਧਾਂ ਨਾਲ ਵੀ ਪਿਆਰ ਕਰਨ ਲੱਗ ਪੈਂਦਾ ਹੈ। ਸ਼ਾਇਦ ਇਸੇ ਕਰਕੇ ਇੱਕ ਭਟਕਣਾ ਬਣੀ ਸੰਸਾਰ ਦੇ ਵਿੱਚ। ਜਿਹੜੇ ਭਗਤ ਜਨ ਸਨ, ਰੱਬ ਦੇ ਪਿਆਰੇ ਸਨ, ਜਦੋਂ ਉਹਨਾਂ ਦੇ ਵਿੱਚ ਨਾਮ ਜਪਦਿਆਂ ਜਪਦਿਆਂ ਕਰੁਣਾ ਆ ਗਈ ਨਾ, ਡੂੰਘੀ ਦਇਆ, ਤੇ ਉਹ ਫਿਰ ਸਾਰੇ ਬ੍ਰਹਿਮੰਡ ਦਾ ਵਿੱਚ ਉਹਦਾ ਰੂਪ ਵੇਖਣ ਲੱਗ ਪਏ। ਤੁਸੀਂ ਬਾਣੀ ਵਿੱਚ ਪੜ੍ਹਦੇ ਹੋ, ਜੋ ਦਿਸੈ ਸੋ ਤੇਰਾ ਰੂਪ। ਜਦੋਂ ਇੱਥੇ ਦਿਸਣ ਦੀ ਗੱਲ ਆਉਂਦੀ, ਇਹ ਨਹੀਂ ਕਿਹਾ ਵੀ ਆਦਮੀਆਂ ਵਿੱਚ ਮੈਨੂੰ ਦਿਸਦਾ, ਇਕੱਲਾ ਇਹ ਨਹੀਂ। ਜੋ ਦਿਸੈ, ਜੋ ਦਿਸਣ ਦਾ ਮਤਲਬ ਇਹ ਸਾਹਮਣੇ ਕੰਧ ਹੈ, ਇਹ ਸਾਹਮਣੇ ਕੱਪੜਾ ਹੈ, ਇਹ ਮਕਾਨ ਹੈ ਕਿ ਸੜਕ ਹੈ ਕਿ ਗੱਡੀ ਹੈ ਕਿ ਤਾਰੇ ਸਿਆਰੇ ਨੇ ਕਿ ਆਕਾਸ਼ ਹੈ, ਜੋ ਕੁਝ ਦਿਸ ਰਿਹਾ, ਜੋ ਦਿਸ ਹੈ, ਜੋ ਦਿਸ ਹੈ ਦਾ ਮਤਲਬ ਜੋ ਨਜ਼ਰ ਆਉਂਦਾ ਹੈ, ਉਹਦੇ ਵਿੱਚੋਂ ਤੇਰੇ ਝਲਕਾਰੇ ਪੈ ਰਹੇ ਨੇ, ਉਹਦੇ ਵਿੱਚੋਂ ਤੇਰੇ ਰੂਪ ਦੇ ਦਰਸ਼ਨ ਹੋ ਰਹੇ ਨੇ। ਤਾਂ ਇਸ ਤਰ੍ਹਾਂ ਜਦੋਂ ਇੰਨੀ ਦਇਆ ਵੱਧ ਜਾਂਦੀ ਹੈ, ਤੇ ਉਹਨੂੰ ਕਹਿੰਦੇ ਨੇ ਕਰੁਣਾ ਆ ਗਈ ਇਸ ਬੰਦੇ ਵਿੱਚ। ਦਿਨ ਰਾਤ ਉਹ ਇੱਕ ਪਿਆਰ ਦੀ ਦਸ਼ਾ ਵਿੱਚ ਰਹਿੰਦਾ ਹੈ, ਔਰ ਇਸੇ ਕਾਰਨ ਕਈ ਭਗਤਾਂ ਦੇ ਵਿੱਚ ਕਰੁਣਾ ਬਹੁਤੀ ਵੱਧ ਗਈ। ਵੱਖਰੇ ਵੱਖਰੇ ਪ੍ਰਕਾਰ ਦੇ ਭਗਤ ਹੁੰਦੇ ਨੇ, ਉਹਨਾਂ ਨੇ ਜੇ ਰੁੱਖ ਕੋਲ ਖੜੇ ਤੇ ਰੁੱਖ ਨੂੰ ਆਪਣੀ ਗਲਵੱਕੜੀ ਵਿੱਚ ਲੈ ਲਿਆ, ਉਹਦੇ ਵਿੱਚੋਂ ਵੀ ਉਹਦੇ ਦੀਦਾਰ ਕਰਨੇ ਸ਼ੁਰੂ ਕਰ ਦਿੱਤੇ। ਰੁੱਖ ਵਿੱਚੋਂ ਵੇਖਿਆ, ਪਿਆਰ ਵਿੱਚ ਇੰਨੇ ਆ ਗਏ ਵੀ ਰੁੱਖ ਵਿੱਚੋਂ ਦੀਦਾਰ ਹੋਏ ਰੱਬ ਦੇ। ਹੁਣ ਉਹ ਜਿਹੜਾ ਭਗਤ ਹੈ, ਜਿਵੇਂ ਭਗਤ ਨਾਮਦੇਵ ਜੀ ਨੇ, ਉਹਨਾਂ ਦੇ ਜੀਵਨ ਵਿੱਚ ਕਰੁਣਾ ਬਹੁਤੀ ਜ਼ਿਆਦਾ ਆ ਗਈ। ਅਤੇ ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ, ਜਿਨ੍ਹਾਂ ਨੇ ਜਾਪ ਸਾਹਿਬ ਨੂੰ ਸਮਝਣਾ ਨਾ, ਉਹਨਾਂ ਨੂੰ ਪਹਿਲਾਂ ਭਗਤ ਨਾਮਦੇਵ ਜੀ ਦੀ ਬਾਣੀ ਦੇ ਅਰਥ ਚੰਗੀ ਤਰ੍ਹਾਂ ਪੜ੍ਹਨੇ ਚਾਹੀਦੇ ਨੇ। ਕਿਉਂਕਿ ਜਿਹੜੀ ਦਸ਼ਾ ਵਿੱਚ
भगत नामदेव जी रहिंदे ने उस दशा विचों जाप साहब उचारिया गया भी चौवां पासे जिधर वेखो उहदे रूप जे क्रोधी वल वेंदे ने गुरु गोबिंद सिंह तां उहदे वल कहिंदे ने क्रूर करमे नमो क्रूर करमे इस क्रोधी विच भी तू है इस भोगी विच भी तू है इस जोगी विच भी तू है इस शांत चित विच नमो शांत रूपे नमो कलह करता आ जिहड़ा कल कलेश कर रहा इहदे विच भी तू है नमो शांत रूपे आ जिहड़ा शांत है इहदे विच भी तू है ते इत्थे समझ नहीं आवेगी असीं ते दोवां नूं वखरा करके वेखांगे ना भी इह कलेशी है नमो कलह करता पर गुरु गोबिंद सिंह कलह करता कलह दे अर्थ ने कलेश करन वाले दे विच भी ओही है गुरु गोबिंद सिंह असी कहांगे कलेशी है पाप है शांत है ते धर्म है ओह नहीं वेखणगे इस तरह उन्होंने उस कलेश करन वाले विच ते शांत रहन वाले दे धुरे विच डूंघे थां ते जिहड़ा बैठा होया उहनूं वेख्या बाहरों नहीं इस तरह कलगीधर पातशाह कहिंदे ने होर बचन आए ने विच तुसीं सुणदे रहो नमो अंधकारे हनेरे विच भी तू है नमो तेज तेजे तेजदार थे चानण विच भी तू है दोवां चीजां विचों कट्ठा वेख्या पाप विचों भी वेख्या पुन विचों भी वेख्या तां इह समझ एक संसारी माइंड नूं नहीं आवेगी तां भगत नामदेव जी वल वेखो जे घरों निकले तो उहनां दा एक शब्द आउंदा है बई आनी ले कुंभ भराई ले उदक ठाकुर को इशनान करूं मैं घड़ा लिया ते दरिया ते समुंदर ते चला गया भी पानी लिया के मैं इस मूर्ति का इशनान करा दें जदों पानी भरन लगा ते मच्छियां दी आदत है भी जिथे कोई दरिया दे सरोवर दे समुंदर दे किनारे आउंदा ते मच्छियां कट्ठियां झुंड बना के आ जांदी भी कुछ दाने पाउण लई आया उत्थे मच्छियां सन ते भगत नामदेव जी की दृष्टि जो मच्छियां ते पई उहदे विचों चलकारा वज्जा परमात्मा का उत्थे बैठ गए उत्थे घड़ा साइड ते रख दिता उत्थे नमस्कार कर दिती उहदे विचों वेख्या ते फिर चुके हो इत्थे संसार ने एक गलती कीती है भगत जी ने ते मच्छियां दे विचों वेख्या ते चुके नमस्कार कर दिती ते कह दिता तू रब है ते जेड़े आले दुआले खड़े सन ना दौड़ के आए उन्हें वेख्या भी अज की कर रहे ने नामदेव उन्हें वेख्या मच्छियां नू मथा टेक रहे ने उन्हें जाके कारीगर तो लकड़ दी मच्छी बनवाई उच्चे आसन ते रखी अगे धूप जगाउणी शुरू कर दिती मच्छी दा ध्यान करना शुरू कर दिता मच्छी दी परिक्रमा करनी शुरू कर दिती उहदे अगे दीवे बाल के आरती कर दिती शुरू गलती हो गई इत्थे उत्थे गलती नहीं सी उन्होंने अंदरों वेख के नमस्कार की पिछे जिहड़ी भीड़ तुरन वाली उन्होंने बाहरों वेख लिया उन्होंने बाहरों मच्छी खड़ी कर दी ये गलती हुई इहदे विचों 33 करोड़ देवत्यां की पूजा निकली इहदे विचों रुखां की पूजा पहाड़ां की पूजा सप्पां की हुण तुसीं वेंदे हो रब दे प्यारे बहुती बारी जंगलों का सहारा लेंदे रहिंदे उत्थे बैठ के तो उत्थे सप्प आदि बड़े आउंदे सन मैं एक महापुरश बड़े ही प्यार वाले संत बाबा अतर सिंह जी के जीवन में पढ़िया भी जदों कई बारी घंटिया बद्धी ध्यान सिमरन बहिंदे सन तो उत्थे रहिंदा एक सप उन्हां दे नेड़े आ के कई बारी उन्हां दे इधर गोडे नाल अपना सिर ला के बैठा रहिंदा सी उन्हूं ठंड मिलदी सी उहदे विच सुकून मिलदा सी तां जदों इस तरह के जानवर इस तरह के पशु इस तरह के पंछी क्योंकि जो हर का प्यारा सो सभना का प्यारा उत्थे सभना दे प्यारे का अर्थ यह नहीं भी सभना विच केवल आदमी आउंदे नहीं उहदे विच सप भी आ सकदे उहदे विच कोई शेर भी आ सकदा उहदे विच कोई होर भी जानवर आ सकदा ते जदों उहनां नाल ऐसे भगतां दा संबंध जुड़िया उहदे विचों उहनां नूं वेख लिया ते संसार वालियां ने वेख्या ते पशुआं नाल प्यार कर रहे ने फिर पशुआं दी पूजा शुरू हो गई अज तक हुंदी है तुसीं वेंदे हो मंदरां विच किते कोई पशु खड़ा है उहदे अगे धूप बत्ती चलदी है किते कोई पशु खड़ा है किते किसे पशु दी किसे सप दी किसे रुख दी किसे पिपल दी पूजा हो रही क्यों होया जिथों ये गल शुरू हुई सी वखरी सी जदों बाद विच होई
ਉਦੋਂ ਗੱਲ ਗਲਤ ਹੋ ਗਈ। ਇਸੇ ਨੂੰ ਰੋਕਣ ਦਾ ਯਤਨ ਕੀਤਾ ਗਿਆ ਬਾਣੀ ਵਿੱਚ ਤੇ ਭਗਤ ਜੀ ਨੇ ਕਿਹਾ ਪਾਤੀ ਤੋਰੈ ਮਾਲਣੀ ਪਾਤੀ ਪਾਤੀ ਜੀਓ ਜਿਸ ਪਾਹਣ ਕੋ ਪਾਤੀ ਤੋਰੈ ਸੋ ਪਾਹਣ ਨਿਰਜੀਓ। ਉਹ ਜਿਹੜਾ ਪੱਥਰ ਹੈ ਉਹ ਨਿਰਜਿੰਦ ਹੈ ਜਿਹਦੇ ਅੱਗੇ ਤੂੰ ਝੁੱਕ ਰਿਹਾ। ਫਿਰ ਸਵਾਲ ਖੜਾ ਹੁੰਦਾ ਉਹ ਕਿਉਂ ਝੁਕੇ ਰੱਬ ਦੇ ਪਿਆਰੇ, ਮੱਛੀਆਂ ਅੱਗੇ ਕਿਉਂ ਝੁਕੇ? ਉਹ ਝੁਕੇ ਸਨ ਅੰਦਰੋਂ ਨੂਰ ਨੂੰ ਵੇਖ ਕੇ, ਉਹ ਬਾਹਰਲੇ ਆਕਾਰ ਨੂੰ ਵੇਖ ਕੇ ਨਹੀਂ ਝੁਕੇ। ਉਹਨਾਂ ਨੇ ਵਿੱਚੋਂ ਵੇਖਿਆ ਵੀ ਇਸ ਮੱਛੀਆਂ ਦੇ ਵਿੱਚੋਂ, ਤੇ ਭਗਤ ਜੀ ਉਸ ਉੱਥੇ ਪਾਣੀ ਲਿਆਉਣਾ ਭੁੱਲ ਗਏ। ਆ ਨੀ ਲੈ ਕੁੰਭ ਭਰਾਈ ਲੈ ਉਦਕ ਠਾਕੁਰ ਕੋ ਇਸ਼ਨਾਨ ਕਰੋ, 42 ਲੱਖ ਜੀ ਜਲ ਮੈਂ ਹੋਤੇ ਬੀਠਲ ਭੈਲਾ, ਉਹਨਾਂ ਦੇ ਵਿੱਚ ਰੱਬ ਵੱਸਦਾ ਹੈ। ਬੀਠਲ ਭੈਲਾ ਕਾਏ ਕਰੋ, ਹੁਣ ਇੱਥੋਂ ਪਾਣੀ ਭਰ ਕੇ ਉੱਥੇ ਕਿਵੇਂ ਲਿਜਾਵਾਂ? ਘੜਾ ਉੱਥੇ ਰਹਿ ਗਿਆ ਨਾਮਦੇਵ ਦਾ, ਸਾਰਾ ਦਿਨ ਉਸ ਦਰਿਆ ਦੇ ਕਿਨਾਰੇ ਤੇ ਬੈਠੇ ਰਹੇ। ਤਾਂ ਉਹ ਕਿਹੜੀ ਦਸ਼ਾ ਸੀ ਜਿਹਦੇ ਵਿੱਚ ਭਗਤ ਨਾਮਦੇਵ ਜਿਉਂਦੇ ਨੇ? ਉਹ ਦਸ਼ਾ ਸੀ ਜਿਹਨੂੰ ਕਰੁਣਾ ਕਹਿੰਦੇ ਨੇ। ਕਰੁਣਾ ਦਾ ਮਤਲਬ ਤੇ ਕੇਵਲ ਉਹ ਗੱਲ ਜਿਉਂਦੇ ਚੀਜ਼ਾਂ ਤੱਕ ਸੀਮਤ ਨਹੀਂ ਰਹਿੰਦੀ, ਖਿਆਲ ਰੱਖਣਾ। ਇੱਕ ਹੋਰ ਮੈਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਾਂਝਾ ਕਰਦੇ ਹਾਂ, ਜਿੱਦਣ ਇਹ ਕਰੁਣਾ ਅੰਦਰ ਆ ਜਾਂਦੀ ਨਾ, ਪਿਆਰ ਅੰਦਰ ਆਉਂਦਾ, ਉਦਣ ਆਦਮੀ ਜਿਹੜੀ ਚੀਜ਼ ਨੂੰ ਹੱਥ ਲਾਉਂਦਾ ਉਹ ਵੀ ਬੜੇ ਪਿਆਰ ਨਾਲ ਛੂੰਹਦਾ, ਪਿਆਰ ਨਾਲ। ਤੁਸੀਂ ਤਾਂ ਕਈ ਵਾਰੀ ਵੇਖੋਗੇ ਜਿਉਂ ਜਿਉਂ ਅੰਦਰ ਦੀ ਦਸ਼ਾ ਬਦਲੇਗੀ, ਬੰਦੇ ਦੇ ਹੱਥਾਂ ਦੇ ਕੰਮ ਕਰਨ ਦਾ ਤਰੀਕਾ ਤਬਦੀਲ ਹੋ ਜਾਏਗਾ। ਜਿਉਂ ਜਿਉਂ ਉਹਦੇ ਮਨ ਵਿੱਚ ਦਇਆ ਭਾਰੂ ਹੋਵੇਗੀ, ਫਰਕ ਪੈ ਜਾਏਗਾ। ਵੀ ਰਸੋਈ ਦੇ ਵਿੱਚ ਗਏ, ਜਾਂ ਤੁਸੀਂ ਕਈ ਵਾਰੀ ਵੇਖਿਆ ਹੋਵੇਗਾ ਕੋਈ ਦਫ਼ਤਰ ਵਿੱਚ ਮਨੁੱਖ ਬੈਠਾ ਹੈ ਤਾਂ ਕਿਸੇ ਨਾਲ ਦੇ ਆਫਿਸਰ ਦੇ ਨਾਲ ਉਹਦਾ ਝਗੜਾ ਹੋ ਗਿਆ, ਕ੍ਰੋਧਿਤ ਹੋ ਗਿਆ, ਹੱਥ ਵਿੱਚ ਪੈਨ ਫੜਿਆ ਸੀ, ਕੁਝ ਲਿਖ ਰਿਹਾ ਸੀ, ਤਾਂ ਪੈਨ ਇੱਕਦਮ ਮਾਰਿਆ ਬੈਂਚ ਦੇ ਉੱਤੇ, ਖਿੱਚ ਕੇ ਕਾਪੀ ਸਿੱਟ ਦਿੱਤੀ, ਜਾਂ ਕਈ ਕੁਝ ਇਸ ਤਰ੍ਹਾਂ। ਤਾਂ ਤੁਸੀਂ ਇਸ ਤਰ੍ਹਾਂ ਰਸੋਈ ਵਿੱਚ ਵੇਖੋਗੇ ਕਿ ਬਹੁਤੀ ਆਵਾਜ਼ ਕਿਉਂ ਹੈ ਕਿ ਆਦਮੀ ਬਰਤਨਾਂ ਨੂੰ ਭਾਂਡਿਆਂ ਨੂੰ ਚੁੱਕ ਚੁੱਕ ਕੇ ਵਗਾਉਂਦਾ ਹੈ, ਜਾਂ ਗੁੱਸੇ ਵਿੱਚ ਆ ਕੇ ਕਈ ਵਾਰੀ ਬੰਦਾ ਸਰੀਰ ਤੋਂ ਕੱਪੜੇ ਲਾ ਕੇ ਵੀ ਬੜੇ ਜ਼ੋਰ ਨਾਲ ਸੁੱਟਦਾ, ਕ੍ਰੋਧ ਹੈ, ਕ੍ਰੋਧ ਦੇ ਸਿਗਨਲ ਬਾਹਰ ਪ੍ਰਗਟ ਹੁੰਦੇ ਨੇ। ਜਦੋਂ ਅੰਦਰ ਕਰੁਣਾ ਆ ਜਾਏਗੀ, ਇੱਕ ਭਾਂਡਾ ਵੀ ਉਹਦੇ ਵਿੱਚੋਂ ਵੀ ਉਹਦੇ ਦੀਦਾਰ ਹੋਣਗੇ। ਉਹਨੂੰ ਕਹਿੰਦੇ ਨੇ ਸਹਿਜ ਕੀ ਅਕਥ ਕਥਾ ਹੈ ਨਿਆਰੀ। ਸਹਿਜ ਇਹ ਨਹੀਂ ਵੀ ਤੁਸੀਂ ਜਦੋਂ ਕੀਰਤਨ ਸੁਣਨਾ ਉਦੋਂ ਸਹਿਜ ਵਿੱਚ ਰਹੋਗੇ ਤੇ ਬਾਹਰ ਜਾ ਕੇ ਭੰਗੜਾ ਪਾਉਣ ਲੱਗ ਜਾਓਗੇ, ਇਸ ਤਰ੍ਹਾਂ ਦਾ ਸਹਿਜ ਨਹੀਂ ਹੁੰਦਾ ਕੋਈ। ਸਹਿਜ ਕੰਟੀਨਿਊ ਲਗਾਤਾਰ ਨਿਰੰਤਰ ਹੀ ਦਿਨ ਰਾਤ ਇੱਕ ਅੰਦਰ ਦਾ ਸੁਭਾਵ ਹੈ ਕਿ ਉਹ ਜਿਸ ਚੀਜ਼ ਨੂੰ ਹੱਥ ਪਾਏਗਾ ਉਸੇ ਤਰ੍ਹਾਂ ਰਹੇਗਾ। ਔਰ ਗੁਰੂ ਸਾਹਿਬ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਵੀ ਸਰਾਣਾ ਜਿਹੜਾ ਅਸੀਂ ਲੈਂਦੇ ਹਾਂ, ਓਟ ਲੈਂਦੇ ਹਾਂ, ਤਕੀਆ ਜਿਹਨੂੰ ਕਹਿੰਦੇ, ਉਹਦੇ ਵਿੱਚ ਤਾਂ ਕੋਈ ਜਿੰਦ ਨਹੀਂ ਨਾ। ਜਿਹੜਾ ਆਪਣੇ ਬੈੱਡ ਦੇ ਉੱਤੇ ਸਿਰਹਾਣਾ ਰੱਖਿਆ, ਤਕੀਆ ਰੱਖਿਆ, ਉਹ ਤੇ ਕਿਤੇ ਨਰਮਾ ਬੀਜਿਆ ਕਿਸੇ ਜ਼ਿਮੀਦਾਰ ਨੇ, ਉਹਦੀ ਕਪਾਹ ਬਣੀ, ਕਿਸੇ ਕਾਰੀਗਰ ਨੇ ਕੱਪੜਾ ਲੈ ਕੇ ਉਹਦੇ ਉੱਤੇ ਕਵਰ ਚੜਾ ਦਿੱਤਾ, ਤੇ ਉਹ ਤੇ ਸਾਰੇ ਨਿਰਜਿੰਦ ਹੈ। ਤੇ ਜਿਹੜੀ ਪਿੱਛੇ ਕੰਧ ਹੈ ਜਿਹਦੇ ਨਾਲ ਓਟ ਲੈ ਕੇ ਮਨੁੱਖ ਬਹਿੰਦਾ, ਉਹਨੂੰ ਸੋਚਦਾ ਵੀ ਇਹ ਤਾਂ ਇੱਕ ਇੱਟਾਂ ਦਾ ਜੋੜ ਹੈ। ਸਤਿਗੁਰੂ ਕਹਿੰਦੇ ਜਿੱਦਣ ਤੇਰੇ ਅੰਦਰ ਉਹ ਦ੍ਰਿਸ਼ਟੀ ਬਣ ਗਈ ਕਿ ਕਰੁਣਾਲਿਆ ਹੈ, ਤੂੰ ਉਹਨੂੰ ਜਪਿਆ, ਉਹਨੂੰ ਪਿਆਰ ਕੀਤਾ, ਫਿਰ ਧਿਆਨ ਰੱਖੀ ਜਿਹਦੇ ਨਾਲ ਤੂੰ ਆਸਰਾ ਲੈ ਕੇ ਬਹਿਣਾ ਹੈ, ਤੇ ਜਿਹੜਾ ਤੇਰਾ ਤਕੀਆ ਹੈ ਉਹ ਵੀ ਉਹਦਾ ਹੀ ਰੂਪ ਹੈ। ਉਹ ਕੇਵਲ ਤੇਰੇ ਅੱਗੇ ਨਹੀਂ, ਉਹ ਤੈਨੂੰ ਪਿੱਛੋਂ ਸਹਾਰਾ ਵੀ ਦੇ ਰਿਹਾ। ਔਰ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ, ਸਾਹਿਬ ਕਹਿੰਦੇ ਕਿ ਤੂੰ ਮੇਰੀ ਓਟ, ਓਟ ਦਾ ਅਰਥ ਹੈ ਜਿਹਦੇ ਨਾਲ ਬੰਦਾ ਆਸਰਾ ਲੈ ਕੇ ਬੈਠਦਾ ਹੈ, ਤੂੰ ਮੇਰੀ ਓਟ, ਤੂੰ ਹੈ ਮੇਰਾ ਤਕੀਆ। ਤਕੀਆ ਦਾ ਅਰਥ ਹੈ ਸਿਰਹਾਣਾ, ਜਿਹੜਾ ਸਿਰ ਥੱਲੇ ਰੱਖਿਆ ਜਾਂਦਾ। ਹੁਣ ਕਿੰਨੀ ਨੇੜੇ ਚਲਾ ਗਿਆ ਉਹ ਅਕਾਲ ਪੁਰਖ ਦੇ, ਵੀ ਜਦੋਂ ਉਹਨੇ ਰਾਤ ਨੂੰ ਆਰਾਮ ਕਰਨਾ, ਜਦੋਂ ਨੀਂਦ ਲੈਣੀ ਹੈ, ਤੇ ਉਹਦਾ ਰੱਬ ਉਹਦੇ ਸਿਰਹਾਣੇ ਦੇ ਵਿੱਚ ਬੈਠਾ ਹੋਇਆ ਹੈ। ਸਿਰਹਾਣਾ ਰੱਬ ਨਹੀਂ, ਉਸ ਬੰਦੇ ਦੀ ਭਾਵਨਾ ਉਹਨੂੰ ਪਰਮਾਤਮਾ ਬਣਾ ਦਿੰਦੀ ਹੈ, ਪ੍ਰਗਟ ਕਰ ਦੇਗੀ, ਉੱਚਾ ਕਰ ਦੇਗੀ। ਇਹ ਆਪਣੇ ਮਨ ਦੀ ਇੱਕ ਦਸ਼ਾ ਹੈ, ਜੇ ਮਨ ਦੇ ਰਸਤੇ ਠੀਕ ਹੋ ਗਏ ਬਾਹਰ ਸਾਰਾ ਕੁਝ ਠੀਕ ਹੈ।
सारी दुनिया गुरुद्वारा है, सारी दुनिया मंदिर है, सारी दुनिया मस्जिद बन जाएगी। ते जे अंदर दी भावना ठीक नहीं बनी, हो सकता है असी गुरुद्वारियां नू संसार बना दी, मंदिर संसार बन जान। बने ने सारे, क्योंकि आदमी ने अपने आप नू बदलिया नहीं है, तब्दील नहीं किया। दिमाग संसार वाला रहा है ते रहिंदा धार्मिक थां ते। कबीर साहब ने सुचेत कर दिता, कहन लगे कबीर गंगा तीर जो घर करें, गंगा दे किनारे ते घर होवे, पीवें निर्मल नीर, खाना पीना पवित्र हो जाए सारा, बाजार दा नहीं खांदे। बिन हर भगत ना मुक्त होए, जिन्ना चिर तू भगती ना कीती ते अपने आप नू बदलिया ना, उन्ना चिर तेरे बंधन नहीं टुटणगे, दुख नहीं खत्म होणगे, अंदरों बदलना पएगा। ये सिर्फ सहारे ने, चंगी गल है, सहारा लेना चाहिए, माहौल विच रहना चंगी गल, पर जिन्ना चिर खुद नू असी बदलदे नहीं उन्ना चिर कुछ भी बदलदा नहीं। इस करके कहिंदे करुणालय है, करुणा दा तू समुंदर है, दया दा समुंदर है। करुणा दा अर्थ हर एक चीज दे नाल स्नेह। ते मैं ये बेनती कीती सी, जिन्हां दे अंदर प्यार ते करुणा वध गई, वो फिर वार वार नमस्कार, वार वार झुकदे ने। संसार उन्हां दी रीच करके फिर वो पूजा शुरू कर देंदा है, उन्हां दी रीस करके, उन्हां वालों वेख के रुखां दी पूजा करनी शुरू कर देंदा है, उन्हां वालों वेख के समुंदरां दी पूजा, चंद्रमा दी पूजा, सूरज दी पूजा, ते हर एक विचों उहदा दीदार करके फिर झुके सन। पर बाद वालियां ने गलती कर ली, अंदरों ते जुड़े नहीं, अंदरों तां वेख्या नहीं, सिमरन तां कीता नहीं, जीवन ते बदलिया नहीं, केवल एक्सरसाइज करन लग पै पूजा दी, झुकन लग पै बाहरों। इस करके फिर पखंड दी आरंभता इत्थों शुरू हो जाती है। तां एक बाणी विच बचन क्या है, हजूर कहिंदे जो सतगुर की रीस है होर कच पिच बोल दे। गुरु दी रीस नहीं करनी चाहीदी, ये गल क्यों कही बाणी बड़े थावां ते आउंदा, जद के कुछ हिस्सों विच गुरु दी रीस करनी पैंदी है, वे जिवें दा गुरु दा स्वरूप है उवें दा स्वरूप बनाउणा पैंदा है। पर यह गल क्यों आई विच कि तिन की रीस करै सो विगुचै, विगुचै दा अर्थ है खुआर होना। किसे दी रीस करनी, रब दे प्यारियां दी रीस करके तुरना, विगुचै दा अर्थ है खुआरी दा एक साधन है, क्योंकि उन्हां दे जिहड़े कर्म ने वो अंदरों हो रहे ने, असी बाहरों कर रहे हैं। सिख लिया है असी के लोग जदों गुरुद्वारे आउंदे ने पहलां गेट दे अगे जमीन नू हथ लाउंदे, फिर अगे जा के लाउंदे ने, फिर किसे ने वेख लिया कोई अगे हथ ला के फिर कन्ना नू लाउंदा है, फिर मूँह नू लाउंदा है, ये सिख लिया सारा कुछ बाहरों, फिर इधरों दी आ के इधर लाउंदा है, ते इथों तक चले गए भी गुटके नू मूँह दे नाल चुमना, मैं ये भी वेख्या। ये गल्लां सारियां किवें शुरू होईयां, भी ये जिहड़े किरत है संसार दी इहदे वांग धर्म नू कमाउणा, तां इत्थे गलती हो गई। सतगुरु ने कहा भी जीवन दे अंदर जिन्हां ने अंदरों वेख्या तू उन्हां दी रीस ना करी, पहलां अंदरों वेखण दा, उन्हां वांगू अंदरला बना, बाहरला नहीं, अंदरला बना। डंडौत बंधन करनी, अगे झुक जाना, तां उन्हां दी रीस करनी। गुरु साहिब ने एक सुचेत कर दिता, कहन लगे गल्ली असी चंगियां, गल्ली दा मतलब बाहरों बाहरों, आचारी बुरियां, आचार अंदर है यानी कि अंदर दा जीवन ठीक नहीं, मनोक शुद्धां कालियां, मन करके अंदरों कालापन है, बाहर चिट्टमियां ते बाहरला पासा चिट्टा दा भाव विखावा बहुत वधिया। रीसां करें तिनाड़ियां जो सेवें दर खड़ियां, उन्हां दी रीस करनी, जिहड़ियां निरंतर प्यार विच खड़ियां रहिंदियां ने, उन्हां दी रीस नहीं, बाहरों नहीं करनी चाहिए, अंदरों उन्हां दे गुण धारण करिए। इस करके एक दशा है करुणा विच रहना, मैं विशा लै रहा सी, और आखरी अर्थ करन दा यतन करिए।
हजूर कलगीधर पातशाह छंद का नाम बहुत सुंदर देंदे ने, कहन लगे हर बोल मना छंद। इथों 171वां छंद शुरू हुंदा है, हर बोल मना। अपने मन नूं एक आवाज दिती है कि मना तू होर बड़ा कुछ बोली जाना है, होर बड़ा कुछ बोली जाना है, ते बाणी पढ़दिया भी बोली जाना है, सिमरन करदिया कीर्तन करदिया सुनदिया भी तू कई कुछ अंदरों बोली जाता, होर कुछ बोलना बंद कर दे, की बोलिया कर। ये बोलना बड़ा जरूरी है। जिन्ना चिर असी पहला पहल बोलते नहीं तो नाल साडा मन नहीं बोलता, मन का बोलना अत जरूरी है। हों क्या कहता मन क्या कहता, ये दो चीजा वखरिया हो गई। हों क्या कहता, मैं की कह रहा तो मन की कह रहा है, मन कुछ होर कह रहा है, तो जिन्ना चिर मन शामिल नहीं होया उन्ना चिर गल शुरू नहीं होंगी। इस करके कहिंदे मन नू आवाज देंदे हजूर कलगीधर पातशाह कहिंदे हर बोल मना। हे मेरे मन, तू सारा दिन होर बहुत कुछ अंदरों बोली जाना है, ते जिन्ना चिर आदमी जागदा है उन्ना चिर मन बोली ही जाता है, लगातार बोली जाता है। कदी अंदर वेखना झाती पा के निरंतर बोल रहा है, निरंतर विचार चली जा रहे ने, निरंतर वो जेड़े विचार ने वो साढ़े अंदर की शक्ति नू बाहर सटी जा रहे ने, गवाई जा रहे ने, अजाई जा रही है जीवन की शक्ति। और इस तरह ये रुकते नहीं, मन टिकता नहीं, मन रुकता नहीं। हजूर ने इको साधन कहा कि चित चरण कमल का आसरा, चित चरण कमल संग जोड़ी है, मन लोचै बुरियाइया गुर शब्दी ए मन होड़ी है। इस तरह मन नू शब्द विच ला के नाम अंदर ला के जदों असी, क्योंकि बोलना तो इन्हें जरूर है, बोलन तो रह नहीं सकता। इस करके फर्क बड़ा पै गया। हजूर कहिंदे बोलना इन्हें है, जिन्ना चिर मन है उन्ना चिर बोलेगा। ख्याल रखना, कोई नहीं इन्हू रोक सकिया अज तक। जिन्ना चिर मन है उन्ना चिर बोलते ही रहेगा, जिन्ना चिर लीन नहीं हो जाता शब्द विच। तां फिर सतगुरु ने इहदे बोलन की आदत नू ठीक करन वास्ते कि ये ठीक बोले, शुद्ध बोले, मन अंतर सब कोई बोले, इहनू सिर्फ गुरु जाण सकदा है कि ये सिख अपने मन विच की बोल रहा है, अंदरों की बोल रहा है। और ये बड़ी बारी वापरिया है गुरु गोबिंद सिंह पातशाह जी के जीवन विच, बड़ी बारी वापरिया भी मन करके की बोल रहा है। एक बार की घटना मैं सांझी करा कि कुछ सिख आनंदपुर साहब की धरती ते आउंदे ने, ते उत्थे एक महीना रहण तो बाद वापसी वास्ते जदों छुट्टी मंगी, हजूर ने कहा अजे नहीं जाना, अजे होर इत्थे रहो। पर पिछे खिच सी, पिछे ध्यान सी, तां उन्हां दी गिनती सी 5-6 दी। सोचिया भी किहड़ा तरीका लभीए, सतगुरां ने इजाजत नहीं दित्ती, निकलिया जांदा नहीं, पहरे लगे हुए ने, किवें इत्थों निकलीए। मन विच मनुख कई कुछ बुणदा है, मन दे विच कई कुछ घाड़तां घटदा रहिंदा है। जिन्हें इस चीज़ नूं वेख लिया उन्हूं थोड़ा थोड़ा राह मिलना शुरू हो जाएगा। असीं कहिंदे आ धर्म दा मार्ग यह है, किहड़ा मार्ग? धर्म दा मार्ग है पहलां अपने मन नूं वेखणा भी उह की कर रहा है। शरीर ते बाहरों सभ्यत विच आ गया ना, भी आपां एक दूजा वेख लैंदा भी तू उठिया नहीं, तू सुता नहीं, तू बाणी पढ़ रहा कि नहीं, तू दस्तार किवें दी बन्नी है, ते बाहरों बाहरों हो गई गल। पर अगला जिहड़ा पड़ाव है वह मन नूं वेखना भी मन उत्थे है कि नहीं। जदों इन्हां ने आपस में सलाह की, कहन लगे एक तरीका है, एक सिख नूं उन्होंने सिखाया भी तू सीढ़ी ते लम्मा पै जा, असीं कहांगे इहदी मौत हो गई, गुरु साहब तो इजाजत मंगांगे कि इहदा संस्कार करना है, इजाजत दिओ महाराज इहनूं चुक के लै जाइए। सिख चढ़ाई कर गया, शरीर त्याग गया, इह वल चल शुरू तो हुंदे रहे ने, अज नहीं, जदों गुरु सामने बैठे हुंदे सन कलगी ला के उदों भी हुंदे रहे।
ਇਹ ਸਿੱਖ ਸਰੀਰ ਕਰਕੇ ਚੜ੍ਹਾਈ ਕਰ ਗਿਆ ਹਜ਼ੂਰ ਦੇ ਕੋਲ ਇਕੱਠੇ ਹੋ ਕੇ ਚਲੇ ਗਏ ਬੇਨਤੀ ਕੀਤੀ ਮਹਾਰਾਜ ਸਿੱਖ ਚੜ੍ਹਾਈ ਕਰ ਗਿਆ ਉਹਦਾ ਸੰਸਕਾਰ ਕਰਨਾ ਅਤੇ ਤੁਸੀਂ ਸਾਨੂੰ ਬਾਹਰ ਜਾਣ ਦੀ ਇਜਾਜ਼ਤ ਦੇ ਦਿਓ ਹੁਣ ਇਹ ਤਾਂ ਗੁਰੂ ਨੂੰ ਪਤਾ ਵੀ ਇਹ ਸਿੱਖ ਜੋ ਕੁਝ ਬੋਲ ਰਿਹਾ ਇਹਦੇ ਅੰਦਰ ਕੀ ਹੈ ਅੰਦਰ ਬਹੁਤ ਦੁੱਖ ਹੈ ਇਹ ਚੀਜ਼ ਕਿਸੇ ਤੋਂ ਜਿੱਤੀ ਨਹੀਂ ਜਾਂਦੀ ਹਜ਼ੂਰ ਨੇ ਵੇਖਿਆ ਵੀ ਇਹ ਸਿੱਖ ਮੈਨੂੰ ਧੋਖਾ ਦੇਣਾ ਚਾਹੁੰਦੇ ਨੇ ਮੇਰੇ ਨਾਲ ਹੇਰਾਫੇਰੀ ਕਰਨੀ ਚਾਹੁੰਦੇ ਨੇ ਜਿਹੜਾ ਸਿੱਖ ਇਹਨਾਂ ਨੇ ਮੰਜੇ 'ਤੇ ਲੰਮਾ ਪਾਇਆ ਉੱਤੇ ਚਾਦਰ ਪਾ ਦਿੱਤੀ ਉਹਦੀ ਮੌਤ ਨਹੀਂ ਹੋਈ ਅਸਲ ਵਿੱਚ ਉਹ ਵੈਸੇ ਹੀ ਥੋੜ੍ਹਾ ਜਿਹਾ ਸਰੀਰ ਨੂੰ ਨਿਸਲ ਕਰਕੇ ਪਿਆ ਹਜ਼ੂਰ ਨੇ ਕਿਹਾ ਵੀ ਬੜੀ ਮਾੜੀ ਗੱਲ ਹੋਈ ਸਿੱਖ ਚੜ੍ਹਾਈ ਕਰ ਗਿਆ ਚਲੋ ਮੈਂ ਜਾ ਕੇ ਦੇਖਾਂ ਤਾਂ ਸਹੀ ਮੇਰਾ ਸਿੱਖ ਹੈ ਉਹਦੇ ਵਾਸਤੇ ਕੋਈ ਮੈਂ ਦੁਆ ਅਰਦਾਸ ਕਰਾਂ ਰੱਬ ਦੇ ਚਰਨਾਂ ਵਿੱਚ ਵੀ ਉਹਨੂੰ ਪਰਲੋਕ ਵਿੱਚ ਕਿਤੇ ਥਾਂ ਮਿਲ ਜਾਏ ਕਹਿਣ ਲੱਗੇ ਨਹੀਂ ਮਹਾਰਾਜ ਅਰਦਾਸ ਅਸੀਂ ਆਪੇ ਕਰ ਲਾਂਗੇ ਤੁਸੀਂ ਇਹਨੇ ਖੇਚਲ ਕਿਉਂ ਕਰਦੇ ਹੋ ਤੁਸੀਂ ਸਾਨੂੰ ਜਾਣ ਦੀ ਇਜਾਜ਼ਤ ਦਿਓ ਪਰ ਸਤਿਗੁਰੂ ਚਲੇ ਗਏ ਅੰਤਰਜਾਮੀ ਸਿਰਫ ਗੁਰੂ ਨੂੰ ਅੰਤਰਜਾਮੀ ਜਾਣ ਲੈਣਾ ਇੱਥੋਂ ਇੱਕ ਬਹੁਤ ਵੱਡੀ ਭਗਤੀ ਸ਼ੁਰੂ ਹੁੰਦੀ ਜੇ ਇਹ ਲਗਾਤਾਰ ਵੇਖੀਏ ਵੀ ਮੈਂ ਜੋ ਕੁਝ ਕਰ ਰਿਹਾ ਮੇਰਾ ਗੁਰੂ ਮੈਨੂੰ ਲਗਾਤਾਰ ਦੇਖੀ ਜਾ ਰਿਹਾ ਇੱਥੋਂ ਬੜੀ ਵੱਡੀ ਗੱਲ ਸ਼ੁਰੂ ਹੋ ਗਈ ਅਤੇ ਜਿੰਨਾ ਚਿਰ ਅਸੀਂ ਇਹ ਨਹੀਂ ਨਾ ਮੰਨਿਆ ਵੀ ਮੈਂ ਤਾਂ ਆਇਆ ਗੁਰੂ ਨੂੰ ਕਿਹੜਾ ਪਤਾ ਜੋ ਮਰਜ਼ੀ ਕਰਕੇ ਆਇਆ ਜੋ ਮਰਜ਼ੀ ਸੋਚ ਰਿਹਾ ਫਿਰ ਸਾਧ ਸੰਗਤ ਕੋਈ ਗੱਲ ਫਿਰ ਜਪ ਤਪ ਕੰਮ ਆਉਣ ਵਾਲਾ ਨਹੀਂ ਹੈ ਅੰਦਰੋਂ ਅਸੀਂ ਆਪਣੇ ਆਪ ਨੂੰ ਵੱਖਰਾ ਰੱਖਣਾ ਵੀ ਗੁਰੂ ਕਿਹੜਾ ਵੇਖ ਰਿਹਾ ਹੈ ਜਿੰਨਾ ਚਿਰ ਗੁਰੂ ਦੇ ਸਾਹਮਣੇ ਰਹੇ ਜਿੰਨਾ ਚਿਰ ਪ੍ਰਬੰਧ ਦੇ ਸਾਹਮਣੇ ਰਹੇ ਉਹਨਾਂ ਚਿਰ ਤੇ ਬਗਲੇ ਭਗਤ ਬਣ ਗਏ ਜਿੰਨਾ ਚਿਰ ਕਿਸੇ ਨੂੰ ਦਿਖਾਉਣਾ ਹੈ ਉਹਨਾਂ ਚਿਰ ਤੇ ਸਮਾਧੀ ਵਿਖਾ ਦਿੱਤੀ ਅਤੇ ਜਦੋਂ ਥੋੜ੍ਹਾ ਜਿਹਾ ਸਮਾਂ ਮਿਲਿਆ ਸਭ ਕੁਝ ਛੱਡ ਕੇ ਪਾਸੇ ਸਿੱਟ ਦਿੱਤਾ ਜਿਸ ਵਕਤ ਹਜ਼ੂਰ ਗਏ ਉਹਨਾਂ ਨੇ ਸਿੱਖ ਦੀ ਬਾਂਹ ਫੜ ਕੇ ਵੇਖੀ ਅਤੇ ਹਜ਼ੂਰ ਨੇ ਜਾਣ ਲਿਆ ਵੀ ਸਿੱਖ ਤਾਂ ਜਿਉਂਦਾ ਅਤੇ ਪਖੰਡ ਕਰ ਰਹੇ ਨੇ ਨਿਕਲਣਾ ਚਾਹੁੰਦੇ ਅਤੇ ਇਹ ਧੋਖਾ ਦੇ ਕੇ ਚਲੇ ਗਏ ਅਤੇ ਧੋਖਾ ਮੇਰੇ ਨਾਲ ਨਹੀਂ ਧੋਖਾ ਇਹਨਾਂ ਨਾਲ ਹੋਣਾ ਹੈ ਹਜ਼ੂਰ ਨੇ ਉਸੇ ਵੇਲੇ ਕਿਹਾ ਕਹਿਣ ਲੱਗੇ ਇਹ ਸਿੱਖ ਮੇਰਾ ਬਹੁਤ ਪਿਆਰਾ ਸੀ ਬੜੀ ਸੇਵਾ ਕੀਤੀ ਇਹਨੇ ਮੈਨੂੰ ਇਹਦੇ ਨਾਲ ਇੰਨਾ ਮੋਹ ਹੈ ਵੀ ਇੰਨਾ ਪਿਆਰ ਹੈ ਕਿ ਮੈਂ ਨਹੀਂ ਚਾਹੁੰਦਾ ਵੀ ਇਹਦੇ ਸਰੀਰ ਦਾ ਸੰਸਕਾਰ ਮੇਰੀਆਂ ਅੱਖਾਂ ਤੋਂ ਪਾਸੇ ਹੋਵੇ ਕਿਲ੍ਹਾ ਬਹੁਤ ਵੱਡਾ ਹੈ ਆਪਾਂ ਇੱਥੇ ਸੰਸਕਾਰ ਦਾ ਪ੍ਰਬੰਧ ਕਰ ਦਿੰਦੇ ਹਾਂ ਹੁਣ ਉਹ ਜਿਹੜਾ ਲੰਮਾ ਪਿਆ ਸੀ ਉਹ ਵੀ ਸੁਣੀ ਜਾਂਦਾ ਨਾਲੋਂ ਨਾਲ ਕਿਉਂਕਿ ਉਹ ਸੁਣ ਰਿਹਾ ਜਿਉਂਦਾ ਹੈ ਉਹਨੇ ਕਿਹਾ ਵੀ ਹੁਣ ਕੋਈ ਤਰੀਕਾ ਨਹੀਂ ਬਚਣ ਦਾ ਜਾਂ ਤਾਂ ਹੁਣ ਉੱਠਣਾ ਪਏਗਾ ਅਤੇ ਜਾਂ ਅੱਗ ਵਿੱਚ ਸੜਨਾ ਪਏਗਾ ਦੋਵਾਂ ਵਿੱਚੋਂ ਤੀਜਾ ਤੇ ਰਸਤਾ ਹੀ ਕੋਈ ਨਹੀਂ ਗੁਰੂ ਨੂੰ ਧੋਖਾ ਦੇਣਾ ਚਾਹਿਆ ਸੀ ਪਰ ਇਹ ਗਲਤੀ ਕਰ ਲਈ ਹਜ਼ੂਰ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਹਿਣ ਲੱਗੇ ਲੱਕੜਾਂ ਲਿਆਓ ਚਿਖਾ ਚਿਣ ਦਿਓ ਇਸ ਦੀ ਤਿਆਰੀ ਕਰੋ ਇਹਦੇ ਇਸ਼ਨਾਨ ਦੀ ਹੁਣ ਜਿਉਂਦੇ ਬੰਦੇ ਦਾ ਦੂਸਰਾ ਇਸ਼ਨਾਨ ਕਿਵੇਂ ਕਰਾਏ ਉਹ ਸਿੱਖ ਵਿਚਾਰੇ ਮੂੰਹ ਨੀਵਾਂ ਕਰਕੇ ਝੁਕੇ ਹੋਏ ਨੇ ਕਿਵੇਂ ਕਰੀਏ ਅਖੀਰ ਨੂੰ ਜਿਹੜਾ ਉਹ ਮਰਨ ਦਾ ਜਿਹੜਾ ਡੌਂਗ ਕਰ ਰਿਹਾ ਸੀ ਨਾਟਕ ਕਰ ਰਿਹਾ ਸੀ ਉਹਨੇ ਸੋਚਿਆ ਵੀ ਇਹਨਾਂ ਦਾ ਕੀ ਜਾਣਾ ਅਤੇ ਖੜ੍ਹੇ ਰਹਿਣਗੇ ਕੀ ਪਤਾ ਹੁਣੇ ਲੱਕੜਾਂ 'ਤੇ ਰੱਖ ਕੇ ਅੱਗ ਲਾ ਦਿੱਤੀ ਸੜਨਾ ਅਤੇ ਮੈਂ ਇਹਨਾਂ ਦਾ ਕੀ ਵਿਗੜੇਗਾ ਇੱਕਦਮ ਉੱਠ ਕੇ ਖੜ੍ਹਾ ਹੋ ਗਿਆ ਉੱਠ ਕੇ ਬੈਠ ਗਿਆ ਸਤਿਗੁਰੂ ਕਹਿੰਦੇ ਵਾਹ ਸਿੱਖਾ ਪਰ ਲੋਕ ਵਿੱਚੋਂ ਵਾਪਸ ਵੀ ਆ ਗਿਆ ਕੀ ਗੱਲ ਅੱਗੇ ਗੱਲ ਨਹੀਂ ਸ਼ੁਰੂ ਹੋਈ ਚਰਨੀ ਢਹਿ ਪਿਆ ਸਤਿਗੁਰੂ ਤੁਸੀਂ ਅੰਤਰਜਾਮੀ ਹੋ ਮਨ ਵਿੱਚ ਸਾਡੇ ਖੋਟ ਹੈ ਅਸੀਂ ਆਪਣੇ ਆਪ ਨੂੰ ਤੁਹਾਡੇ ਤੋਂ ਓਹਲੇ ਵਿੱਚ ਰੱਖ ਕੇ ਸੋਚਦੇ ਹਾਂ ਵੀ ਓਹਲੇ ਵਿੱਚ ਰਹਿ ਗਏ ਨਹੀਂ ਓਹਲੇ ਵਿੱਚ ਨਹੀਂ ਕੁਝ ਰਹਿੰਦਾ ਪਰ ਜਿਹੜਾ ਆਪਣੇ ਆਪ ਨੂੰ ਗੁਰੂ ਦੇ ਅੱਗੇ ਨਗਨ ਕਰ ਦਿੰਦਾ ਮਨ ਕਰਕੇ ਸੌਂਪ ਦਿੰਦਾ ਫਿਰ ਇੱਕ ਜ਼ਿੰਮੇਵਾਰੀ ਗੁਰੂ ਦੀ ਹੋ ਜਾਂਦੀ ਵੀ ਇਸ ਸਿੱਖ ਦਾ ਹੁਣ ਪਰਦਾ ਨਹੀਂ ਲੈਣ ਦੇਣਾ ਭਾਵੇਂ ਕਿੱਥੋਂ ਤੱਕ ਗੱਲ ਚਲੀ ਜਾਏ ਜਿੰਨਾ ਚਿਰ ਅਸੀਂ ਗੁਰੂ ਵੱਲੋਂ ਪਰਦਾ ਰੱਖਦੇ ਹਾਂ ਸ਼ਾਇਦ ਇਸੇ ਕਰਕੇ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਵੀ ਸਿੱਖ ਬੱਚੀਆਂ ਨੇ ਮੂੰਹ ਦੇ ਉੱਤੇ ਪਰਦਾ ਨਹੀਂ ਕਰਨਾ ਘੁੰਡ ਨਹੀਂ ਕੱਢਣਾ
ਇਹਦੇ ਵਿੱਚ ਇੱਕ ਸਮਾਜਿਕ ਗੱਲ ਵੀ ਸੀ ਤੇ ਇੱਕ ਅਧਿਆਤਮਕ ਸਿਧਾਂਤ ਵੀ ਨਾਲ ਦਿੱਤਾ ਗੁਰੂ ਅਮਰਦਾਸ ਜੀ ਨੇ। ਇੱਕ ਪਾਸੇ ਤੇ ਇਹ ਕਿਹਾ ਵੀ ਚਿਹਰਾ ਨਹੀਂ ਢੱਕਣਾ, ਇੱਕ ਪਾਸੇ ਇਹਦਾ ਸਿਧਾਂਤ ਸੀ ਕਿ ਸਿੱਖਾ ਤੇਰਾ ਜਿਵੇਂ ਦਾ ਜੀਵਨ ਹੈ ਗੁਰੂ ਦੇ ਅੱਗੇ ਕੱਪੜਾ ਪਾ ਕੇ ਉਹਨੂੰ ਢੱਕੀ ਨਾ, ਪ੍ਰਗਟ ਕਰ ਦੇ ਆਪਣੇ ਆਪ ਨੂੰ ਜਿਵੇਂ ਦਾ ਤੇਰਾ ਆਪਣਾ ਜੀਵਨ ਹੈ, ਉਸੇ ਤਰ੍ਹਾਂ ਤੂੰ ਸੌ ਵਿਖਾ ਦੇ। ਜੇ ਤੂੰ ਆਪਣੇ ਆਪ ਨੂੰ ਲੁਕਾ ਲਿਆ ਫਿਰ ਗੁਰੂ ਨੇ ਤੇਰੇ ਜੀਵਨ 'ਤੇ ਪਰਦਾ ਨਹੀਂ ਪਾਉਣਾ, ਤੇਰਾ ਪਰਦਾ ਨਹੀਂ ਢੱਕਣਾ ਜੀਵਨ ਦਾ। ਇਸ ਕਰਕੇ ਮਨ ਕੀ ਬੋਲ ਰਿਹਾ, ਕਈ ਕੁਝ ਬੋਲ ਰਿਹਾ, ਅਤੇ ਸਤਿਗੁਰੂ ਨੇ ਇੱਕ ਤਰੀਕਾ ਦੱਸਿਆ, ਕਹਿਣ ਲੱਗੇ ਹਰ ਬੋਲ ਮਨਾ ਛੰਦ, ਮਨ ਦੇ ਵਿੱਚ ਇਸ ਛੰਦ ਨੂੰ ਬੋਲ, ਇਹਨੂੰ ਪੜ੍ਹ, ਤਉ ਪ੍ਰਸਾਦ ਜੋ ਤੇਰੀ ਕਿਰਪਾ ਨਾਲ ਉਚਾਰਿਆ ਗਿਆ। ਹਜ਼ੂਰ ਕਲਗੀਧਰ ਪਾਤਸ਼ਾਹ ਕਹਿੰਦੇ ਕਰੁਣਾਲਿਆ ਹੈ, ਤੂੰ ਸਦੀਵ ਕਾਲ ਕਰੁਣਾ ਵਿੱਚ ਰਹਿੰਦਾ ਹੈ, ਦਇਆ ਵਿੱਚ ਰਹਿੰਦਾ ਹੈ, ਸਾਰਿਆਂ 'ਤੇ ਦਇਆ ਕਰਨੀ ਚਾਹੁੰਦਾ। ਫਿਰ ਕਹਿੰਦੇ ਅਰ ਘਾਲਿਆ ਹੈ, ਘਾਲਿਆ ਦਾ ਮਤਲਬ ਘਾਲ ਦੇਣਾ, ਖਤਮ ਕਰ ਦੇਣਾ, ਸਮਾਪਤੀ ਕਰ ਦੇਣੀ। ਇਹ ਦੋ ਚੀਜ਼ਾਂ ਇਕੱਠੀਆਂ ਨੇ ਉਹਦੇ ਵਿੱਚ, ਇੱਕ ਪਾਸੇ ਦਇਆ ਬੜੀ ਕਰਦਾ ਅਤੇ ਇੱਕ ਪਾਸੇ ਘਾਲਿਆ ਦਾ ਅਰਥ ਨਾਸ਼ ਵੀ ਕਰਦਾ, ਸਮਾਪਤੀ ਵੀ ਕਰ ਦਿੰਦਾ ਹੈ। ਫਿਰ ਕਹਿੰਦੇ ਖਲ ਖੰਡਨ ਹੈ, ਮਹਿ ਮੰਡਨ ਹੈ। ਖਲ, ਖਲ ਦਾ ਅਰਥ ਹੈ ਵੈਰੀ, ਦੁਸ਼ਮਣਾਂ ਨੂੰ ਖੰਡਨ ਵਾਲਾ ਹੈ, ਦੁਸ਼ਮਣਾਂ ਦੀ ਸਮਾਪਤੀ ਕਰਨ ਵਾਲਾ ਹੈ, ਉਹਨਾਂ ਦੇ ਟੁਕੜੇ ਕਰ ਦਿੰਦਾ ਹੈ। ਮਹਿ ਮੰਡਨ ਹੈ, ਮੰਡਨ ਦਾ ਅਰਥ ਕਹਿੰਦੇ ਨੇ ਸਜਾਵਟ ਕੀਤਾ ਵਿਦਵਾਨਾਂ ਨੇ, ਤੇਰੇ ਵਿੱਚ ਸਜਾਵਟ ਬੜੀ ਹੈ, ਤੂੰ ਸੁੰਦਰ ਬੜਾ ਹੈ, ਤੂੰ ਸੋਹਣਾ ਬੜਾ ਹੈ। ਜਿਹਦੇ ਅੰਦਰ ਉਹ ਪ੍ਰਗਟ ਹੋ ਗਿਆ ਉਹਨੂੰ ਫਿਰ ਬਾਹਰਲੀ ਸੁੰਦਰਤਾ ਦੀ ਬਹੁਤੀ ਜ਼ਰੂਰਤ ਨਹੀਂ ਰਹਿੰਦੀ। ਅੰਦਰ ਇੰਨੀ ਸੁੰਦਰਤਾ ਉਹਦੇ ਜਲਵਾ ਪ੍ਰਗਟ ਹੋ ਜਾਂਦਾ ਵੀ ਬਾਹਰਲੀ ਸੁੰਦਰਤਾ ਉਹਦੇ ਅੱਗੇ ਫਿੱਕੀ ਪੈ ਜਾਂਦੀ। ਉਹਦੇ ਨਾਮ ਵਿੱਚ ਉਹਦੇ ਅੰਦਰ ਇੰਨੀ ਸੁੰਦਰਤਾ ਹੈ। ਕਲਗੀਧਰ ਪਾਤਸ਼ਾਹ ਅੱਗੇ ਕਹਿੰਦੇ ਜਗਤੇਸ਼ਵਰ ਹੈ, ਸਾਰੇ ਜਗਤ ਦਾ ਉਹ ਮਾਲਕ ਹੈ। ਪਰਮੇਸ਼ਵਰ ਹੈ, ਕਲ ਕਾਰਨ ਹੈ, ਸਰਬ ਉਬਾਰਨ ਹੈ। ਇਸ ਛੰਦ ਦੇ ਅੰਦਰ ਹਜ਼ੂਰ ਕਲਗੀਧਰ ਪਾਤਸ਼ਾਹ ਨੇ ਕਿਹਾ ਜਗਤੇਸ਼ਵਰ ਹੈ, ਜਗਤੇਸ਼ਵਰ ਜਗਤ ਨੂੰ ਸੁਰ ਵਿੱਚ ਰੱਖਣ ਵਾਲਾ। ਸਵਰ ਦਾ ਅਰਥ ਹੁੰਦਾ ਹੈ, ਸਵਰ ਦਾ ਅਰਥ ਹੈ ਸੁਰ ਕਰਨਾ, ਕਿਸੇ ਚੀਜ਼ ਨੂੰ ਢੰਗ ਵਿੱਚ ਚਲਾਉਣਾ, ਨਿਯਮ ਵਿੱਚ ਚਲਾਉਣਾ। ਸਾਰੇ ਜਗਤ ਨੂੰ ਜਿਸ ਨੂੰ ਤੂੰ ਬਣਾਇਆ ਹੈ, ਸਾਰਿਆਂ ਨੂੰ ਤੂੰ ਇੱਕ ਕਾਨੂੰਨ ਦੇ ਵਿੱਚ, ਇੱਕ ਨਿਯਮ ਵਿੱਚ ਚਲਾ ਰਿਹਾ। ਬਸ ਇੱਕੋ ਆਦਮੀ ਇਸ ਧਰਤੀ 'ਤੇ ਪੈਦਾ ਕੀਤਾ ਪਰਮਾਤਮਾ ਨੇ, ਜਿਹਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਖੋਲ੍ਹ ਦਿੱਤਾ, ਆਜ਼ਾਦੀ ਦਿੱਤੀ ਵੀ ਤੂੰ ਇਸ ਕਾਨੂੰਨ ਨੂੰ ਤੂੰ ਮੰਨਣਾ ਹੈ ਕਿ ਨਹੀਂ ਮੰਨਣਾ ਹੈ, ਤੇਰੇ ਉੱਤੇ ਅਧਿਕਾਰ ਤੈਨੂੰ ਦੇ ਦਿੱਤੇ ਨੇ। ਸਿਰਫ ਅਤੇ ਸਿਰਫ 84 ਲੱਖ ਜਿੰਨੀਆਂ ਜੂਨਾਂ ਗਿਣੀਆਂ ਗਈਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਨਿਯਮ ਦੇ ਅਧੀਨ ਨੇ, ਉਹਦੇ ਤੋਂ ਬਾਹਰ ਜਾ ਹੀ ਨਹੀਂ ਸਕਦੀਆਂ। ਜਿਵੇਂ ਚੰਦਰਮਾ ਹੈ, ਉਹਦੀ ਇੱਕ ਲਾਈਨ ਬਣੀ ਹੋਈ ਹੈ, ਉਹਦੇ ਵਿੱਚ ਹੀ ਘੁੰਮਦਾ, ਉਹਦੇ ਤੋਂ ਬਾਹਰ ਨਹੀਂ ਜਾ ਸਕਦਾ। ਜਿਵੇਂ ਸੂਰਜ ਹੈ, ਉਹ ਇੱਕ ਲਾਈਨ ਵਿੱਚ ਚੱਲ ਰਿਹਾ, ਉਹਦੇ ਤੋਂ ਬਾਹਰ ਨਹੀਂ। ਹਵਾ, ਪਾਣੀ, ਅਗਨੀ, ਇਹ ਸਾਰੀਆਂ ਚੀਜ਼ਾਂ ਉਹਦੇ ਬਣਾਏ ਹੋਏ ਸਵਰ ਵਿੱਚ, ਨਿਯਮ ਵਿੱਚ ਚੱਲ ਰਹੀਆਂ ਨੇ। ਬਸ ਇੱਕ ਇਸ ਕਾਇਨਾਤ ਦੇ ਵਿੱਚ ਜੀਵ ਪੈਦਾ ਕੀਤਾ ਹੈ, ਉਹਨੂੰ ਕਹਿੰਦੇ ਨੇ ਮਨੁੱਖ। ਮਨੁੱਖ ਦਾ ਮਤਲਬ ਜਿਹਨੂੰ ਮਨ ਦਿੱਤਾ ਹੈ ਅਤੇ ਨਾਲ ਬੁੱਧੀ ਦੇ ਦਿੱਤੀ, ਉਹਨੂੰ ਅਧਿਕਾਰ ਦੇ ਦਿੱਤੇ ਨੇ, ਔਰ ਨਾਲ ਅਵਤਾਰਾਂ ਦੇ ਰੂਪ ਵਿੱਚ, ਗੁਰੂਆਂ ਦੇ ਰੂਪ ਵਿੱਚ ਉਹ ਨਿਯਮ ਦੱਸ ਦਿੱਤਾ ਵੀ ਤੂੰ ਜਿਉਣਾ ਕਿਵੇਂ ਹੈ, ਇਸ ਨਿਯਮ ਅਨੁਸਾਰ ਚੱਲ ਕੇ ਤੂੰ ਆਪਣੇ ਜੀਵਨ ਨੂੰ ਉੱਚਾ ਕਰਕੇ ਆਨੰਦ ਦੀ ਪ੍ਰਾਪਤੀ ਕਰਨੀ ਹੈ। ਇਹ ਮਨੁੱਖ ਦੀ ਆਪਣੀ ਮਰਜ਼ੀ ਵੀ ਉਹਨੇ ਗੁਰੂ ਦੀ ਗੱਲ ਸੁਣਨੀ ਹੈ ਕਿ ਨਹੀਂ ਸੁਣਨੀ, ਕਿ ਆਪਣੇ ਮਨ ਦੀ ਮਰਜ਼ੀ ਕਰਨੀ ਹੈ। ਇਸ ਕਰਕੇ ਜੇ ਪਾਪ ਹੈ ਤਾਂ ਉਹ ਕੇਵਲ ਇੱਕੋ ਜੂਨ ਵਿੱਚ ਹੈ। ਤੁਸੀਂ ਕਦੇ ਵੇਖਿਆ ਵੀ ਕਿਸੇ ਪਸ਼ੂ ਦੀ ਅੰਤਿਮ ਅਰਦਾਸ ਕੀਤੀ ਜਾਏ ਵੀ ਬੜਾ ਪਾਪੀ ਸੀ, ਉਹ ਪਾਪ ਉੱਥੇ ਹੁੰਦਾ ਹੀ ਨਹੀਂ, ਨਾ ਉੱਥੇ ਪੁੰਨ ਹੋਇਆ
ना उथे पाप होया। वो एक लाइन में चल रहे ने, नियम में चल रहे ने, उन्होंने कोई नहीं लोड़। लोग कहते ने भी ये गुरु की लोड़ क्यों है, गुरु की लोड़ ता है कि मनुख अगे पिछे जा सकता, उच्चा भी हो सकता है ते नीवा भी। उस गड्डी नू ड्राइवर की लोड़ हुंदी है जिहड़ी तुरदी है, ते जिहड़ी गड्डी इको थां ते खड़ी है ड्राइवर तो बिना भी खड़ी रहिंदी है। पशुआं नू गुरु की लोड़ नहीं है, उन्हां नू गुरु नहीं चाहिदा, क्योंकि उन्हां नू जिवें दा जीवन अकाल पुरख ने दिता है विचार कर्म करने ने, ए घा आदिक खाना है, दुध देना है, बच्चे पैदा करने ने, सौना ते जागना है। वो उन्हां कर्मां तो तीजा कर्म ही कोई नहीं करते, ना वो प्रॉपर्टी खरीदते ने, ना वो घर बनाते ने, ना वो गड्डी खरीदते ने, कुछ भी नहीं है। इस करके उन्होंने गुरु की लोड़ नहीं, सिर्फ आदमी नू गुरु की लोड़ है कि उन्हें संचालन करन वाला चाहिए, चलाउन वाला चाहिए। तो इस तरह जगतेश्वर हैं जिन्होंने गुरु के दसे मार्ग से तुर के जीवन नू सुर कर लिया, उहदे नाल मिल गए, सुख नू आनंद नू प्राप्त कर गए। परमेश्वर, परमेश्वर का भाव है इत्थे, वैसे अर्थ किते ने सब का मालक, बड़े बड़े डूंगे अर्थ ने इन्हां लफ्ज़ां। परम का अर्थ हुंदा है आखरी, जिहदे तो अगे होर कुछ ना होवे। जिवें आपां कहिंदे इत्थे जाके धरती खत्म हो गई, इस तो अगे धरती नहीं है। जिवें आपां कहिंदे सौ तो अगे गिनती नहीं। परम दे अर्थ ने बिल्कुल सिरा, परम आखरी। स्वर, स्वर का अर्थ है सुर करना, वह संगीत, वह सुर जिहड़ा आखरी है, जिस तो अगे होर कुछ भी नहीं, उन्हों कहिंदे परमेश्वर है। फिर हजूर कहिंदे कल कारण है। कई बारी अकाल पुरख वाहगुरु इस तरह के कारण बनाउंदा है कि कल कलेश पैदा होंदा है, यह भी उहदी काढ़ है। युद्ध बनते ने, लड़ाइया शुरू होंदियां ने, वड्डे वड्डे युद्ध होंदे ने, क्योंकि उन्हां युद्धां दे राहीं उह शरीरां दी समाप्ति करनी चाहुंदा होंदा है, यह भी उहदी काढ़। कलगियां वाले पातशाह इहदे विच कह रहे ने कल कारण है। फिर कहिंदे सर्ब उबारन है, सारिआं नूं तूं दुखां दे विचों कढ़न वाला है, उबारन वाला है। त्रित के त्रण है, त्रित ये बाणी आप जी रोज पढ़ते हो, इस करके ध्यान देना। एक एक अखर वा त्रित कहिंदे धरती नूं, त्रण कहिंदे आधार नूं। तूं धरती दा आसरा है, सारी धरती नूं तूं चुकिया होया। जदके जिहड़ा पुराणी सभ्यता सी, पुराना जिहड़ा मिथ सी, उहदे विच इह कहा गया भी धौल एक बल्द है जिन्हें धरती नूं चुकिया होया है। और ये कहानियां तुसीं सुणदे होवोगे, आम तौर पर सुनाईयां गईयां सानूं भी कई बारी, भी अपनी जिहड़ी धरती है इहदे थले एक बल्द खड़ा है, ते वो बल्द जिहड़ा सिंग ते उहने धरती चुकी होई है। जदों बेचारा सिंग बदलदा ना, थक जांदा, वो सिंग बदलदा ते धरती ते भूचाल आ जांदे ने। पर हजूर ने इहदी व्याख्या कीती बड़ी सुंदर, वो कहिंदे जिहड़ा धवल है ना, धवल का अर्थ है सफेद रंग का, इसलिए धर्म का रंग जिहड़ा सफेद मन्निया गया। जदों धर्म की किसी नूं आखरी प्राप्ति हुंदी है ते उहनूं उहदा जीवन सफेद रंग नाल रंगिया जांदा है, ये आखरी रंग है। सारे रंगां दा जोड़, सारे रंग जिहदे विच समाए हो सफेद रंग है। तां उह धवल जिहड़ा है, बल्द जिहड़ा होर कोई नहीं। हजूर ने कहा धौल धर्म, धर्म ही वह बल्द है जिन्हें सारी धरती नूं चुकिया होया। दया का पूत, और वह दया का पुत्र है, और उस धर्म ने संतोख थाप रखिया जिन सूत। अगों धर्म दे विचों फिर ये जिहड़ा संतोख पैदा होंदा है, संतोख सबर, जो कुछ है उहदे ते संतुष्ट हो जाना। इस तरह कहिंदे कि धरती का आसरा इहनूं चुकिया होया अकाल पुरख वाहिगुरू ने, अपने नाम द्वारा, धर्म द्वारा इसनूं चुकिया होया। फिर कहिंदे जग के करण है, करण कहिंदे ने करता,
ਜਿਵੇਂ ਕਿਸੇ ਚੀਜ਼ ਨੂੰ ਕੋਈ ਬਣਾਉਂਦਾ ਤੇ ਆਪਾਂ ਇਸ ਨੂੰ ਕਹਿ ਦਿੰਦੇ ਹਾਂ ਵੀ ਇਹਦਾ ਕਰਤਾ ਹੈ, ਇਹ ਜਿਹੜੀ ਗੱਡੀ ਹੈ ਇਹ ਕਿਹੜੇ ਦੇਸ਼ ਵਿੱਚ ਬਣੀ ਹੈ, ਇਹ ਉੱਥੋਂ ਦੇ ਇੰਜੀਨੀਅਰ ਨੇ ਬਣਾਈ ਹੈ। ਇਸ ਸਾਰੇ ਜਗਤ ਨੂੰ, ਬ੍ਰਹਿਮੰਡ ਨੂੰ ਅਕਾਲ ਪੁਰਖ ਨੇ ਬਣਾਇਆ ਹੈ, ਔਰ ਅਕਾਲ ਪੁਰਖ ਨੇ ਜਿੱਥੇ ਬ੍ਰਹਿਮੰਡ ਨੂੰ ਬਣਾਇਆ ਉੱਥੇ ਸਾਨੂੰ ਵੀ ਬਣਾਇਆ, ਸਾਡੇ ਸਰੀਰ ਨੂੰ ਵੀ ਬਣਾਇਆ ਹੈ, ਸਾਡੇ ਹੱਥ ਪੈਰ ਵੀ ਉਹਨੇ ਬਣਾਏ ਨੇ। ਉਹ ਸਾਡਾ ਕਰਤਾ ਹੈ, ਸਾਨੂੰ ਘੜਨ ਵਾਲਾ ਹੈ, ਇੰਨੀ ਨੇੜੇ ਹੈ। ਫਿਰ ਕਹਿੰਦੇ ਮਨ ਮਾਨਿਆ ਹੈ ਜਗ ਜਾਣਿਆ ਹੈ, ਮਨ ਦੇ ਅੰਦਰ ਉਸ ਨੂੰ ਮੰਨਣਾ ਚਾਹੀਦਾ ਜਿਹਨੂੰ ਸਾਰੇ ਜਗਤ ਵਿੱਚ ਜਾਣਿਆ ਜਾਂਦਾ ਹੈ, ਭਾਵ ਸਾਰੇ ਜਗਤ ਵਿੱਚ ਜਿਸ ਦੀ ਜਾਣਕਾਰੀ ਹੈ। ਅਗਲਾ ਗੁਣ ਕਲਗੀਆਂ ਵਾਲੇ ਪਾਤਸ਼ਾਹ ਇਸ ਪਾਵਨ ਬਾਣੀ ਜਾਪ ਸਾਹਿਬ ਵਿੱਚ ਵਿਚਾਰ ਕਹਿ ਰਹੇ ਨੇ, ਕਹਿੰਦੇ ਸਰਬੰਗ ਭਰ ਹੈ ਸਰਬੰਗ ਕਰ ਹੈ। ਸਰਬੰਗ ਭਰ, ਜਿੰਨੇ ਜੀਵ ਉਹਨੇ ਪੈਦਾ ਕੀਤੇ, ਜਿਵੇਂ ਦੇ ਉਹਨਾਂ ਦੇ ਸਰੀਰ ਸਨ, ਉਹਨਾਂ ਦੇ ਸਰੀਰ ਦੀ ਪਾਲਣਾ ਦੇ ਸਾਧਨ ਪਹਿਲਾਂ ਹੀ ਬਣਾ ਦਿੱਤੇ ਵੀ ਇਹਨਾਂ ਨੂੰ ਕੀ ਚਾਹੀਦਾ। ਉਹਨਾਂ ਦੇ ਸਰੀਰ ਦੀ ਜਿਵੇਂ ਪੰਜਾਂ ਤੱਤਾਂ ਤੋਂ ਸਾਡਾ ਸਰੀਰ ਬਣਿਆ ਤੇ ਪੰਜ ਤੱਤ ਦੇਣ ਦਾ ਸਾਨੂੰ ਬਾਹਰੋਂ ਪ੍ਰਬੰਧ ਕਰ ਦਿੱਤਾ ਵੀ ਇਹ ਕਿਵੇਂ ਜਿਉਂਦੇ ਰਹਿ ਸਕਦੇ ਨੇ। ਇਹਨੂੰ ਕਹਿੰਦੇ ਨੇ ਸਰਬੰਗ ਭਰ ਹੈ, ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ। ਇਹ ਇੱਕ ਬਹੁਤ ਵੱਡੀ ਚਿੰਤਾ ਹੈ ਮਨੁੱਖ ਦੇ ਮਨ ਵਿੱਚ, ਜੀਵਨ ਕਿਵੇਂ ਬਿਤਾਵਾਂਗੇ, ਪਾਲਣਾ ਕਿਵੇਂ ਹੋਵੇਗੀ, ਕਿਵੇਂ ਜੀਵਨ ਚੱਲੇਗਾ ਸੰਸਾਰ ਦੇ ਵਿੱਚ, ਕਾਰੋਬਾਰ ਕਿਵੇਂ ਰਹੇਗਾ। ਤਾਂ ਇਹਨੂੰ ਕਹਿੰਦੇ ਸਰਬੰਗ ਭਰ ਹੈ ਸਰਬੰਗ ਕਰ ਹੈ, ਸਾਰਿਆਂ ਨੂੰ ਕਰਨ ਵਾਲਾ। ਫਿਰ ਕਹਿੰਦੇ ਸਰਬ ਪਾਸਿਆ ਹੈ, ਸਰਬ ਪਾਸਿਆ, ਸਾਰਿਆਂ ਦੇ ਪਾਸਿਆਂ ਦਾ ਅਰਥ ਪਾਸ, ਕੋਲ ਹੈ, ਬਿਲਕੁਲ ਨੇੜੇ ਹੈ। ਇਹ ਗੱਲ ਜਿਹਨੇ ਜਾਣ ਲਈ ਵੀ ਉਹ ਸਦਾ ਮੇਰੇ ਨਾਲ ਹੈ, ਉਹ ਫਿਰ ਇੱਧਰ ਉੱਧਰ ਉੱਧਰ ਨਹੀਂ ਵੇਖੇਗਾ ਵੀ ਹੁਣ ਕਿੰਨਾ ਕੁ ਟਾਈਮ ਰਹਿ ਗਿਆ, ਹਾਜ਼ਰੀ ਲੱਗਣੀ ਹੈ ਕਿ ਨਹੀਂ, ਪਤਾ ਲੱਗਣਾ ਕਿ ਨਹੀਂ, ਕੋਲ ਹੈ, ਨੇੜੇ ਹੈ, ਨਾਲ ਹੈ, ਬਿਲਕੁਲ ਹਜ਼ੂਰੀ ਵਿੱਚ ਰਹਿੰਦਾ, ਦੂਰ ਨਹੀਂ ਜਾਂਦਾ। ਸਰਬ ਪਾਸਿਆ ਹੈ ਸਰਬ ਨਾਸਿਆ ਹੈ। ਫਿਰ ਬਚਨ ਕੀਤਾ, ਕਹਿੰਦੇ ਕਰੁਣਾ ਕਰ ਹੈ ਵਿਸ਼ਵੰਬਰ ਹੈ, ਕਰੁਣਾ ਕਰਨ ਵਾਲਾ ਹੈ, ਦਇਆ ਕਰਨ ਵਾਲਾ ਹੈ ਸਾਰਿਆਂ ਦੇ ਉੱਤੇ, ਸਾਰਿਆਂ 'ਤੇ ਕਿਰਪਾ ਕਰਨ ਵਾਲਾ ਹੈ। ਵਿਸ਼ਵੰਬਰ, ਵਿਸ਼ਵ ਨੂੰ ਭਰਨ ਵਾਲਾ, ਵਿਸ਼ਵੰਬਰ ਦਾ ਅਰਥ ਹੈ ਸਾਰੇ ਜਗਤ ਦੇ ਇਹ ਜਿੰਨੀਆਂ ਵੀ ਲੋੜਾਂ ਨੇ ਉਹਨਾਂ ਨੂੰ ਪੂਰੀਆਂ ਕਰਦਾ ਹੈ। ਸਰਵੇਸ਼ਵਰ ਹੈ ਜਗਤਵੇਸ਼ਵਰ ਹੈ, ਸ਼ਬਦਾਂ ਨੂੰ ਦੁਹਰਾਇਆ ਗਿਆ ਹੈ ਵਾਰ ਵਾਰ। ਇੱਥੇ ਕੋਈ ਹਿਸਾਬ ਦੀ ਗੱਲ ਨਹੀਂ ਕਿ ਕਿੰਨੀਆਂ ਚੀਜ਼ਾਂ ਤੁਸੀਂ ਸਿੱਖੋਗੇ ਖਿਆਲ ਰੱਖਣਾ। ਗੁਰੂ ਗੋਬਿੰਦ ਸਿੰਘ ਇੱਕ ਲਫ਼ਜ਼ ਨੂੰ ਕਈ ਕਈ ਵਾਰ ਕਹਿ ਰਹੇ ਨੇ ਜਾਪ ਸਾਹਿਬ ਵਿੱਚ, ਕਿਉਂਕਿ ਜਦੋਂ ਕਿਸੇ ਚੀਜ਼ ਵਿੱਚੋਂ ਰਸ ਆਉਂਦਾ ਹੈ ਨਾ, ਫਿਰ ਤਾਂ ਉਹਨੂੰ ਵਾਰ ਵਾਰ ਕਰਾਂਗੇ, ਅਤੇ ਜੇ ਕਿਸੇ ਚੀਜ਼ ਨੂੰ ਅਸੀਂ ਵੱਧਾ ਚੱਟੀ ਕਰਨੇ ਹਾਂ ਫਿਰ ਉਹਨੂੰ ਮੁਕਾਉਣ ਦਾ ਯਤਨ ਕਰਨੇ ਹਾਂ, ਫਿਰ ਆਦਮੀ ਉਹਨੂੰ ਜਲਦੀ ਜਲਦੀ ਮੁਕਾਉਂਦਾ ਹੈ, ਖਿੱਚਦਾ ਹੈ ਵੀ ਇਹ ਕਿਵੇਂ ਸਮਾਪਤ ਹੋ ਜਾਏ, ਕਿਵੇਂ ਕਰ ਲਈਏ, ਅਤੇ ਜਦੋਂ ਉਹਦੇ ਵਿੱਚੋਂ ਆਨੰਦ ਆਉਣ ਲੱਗ ਪਏ ਉਹਨੂੰ ਵਾਰ ਵਾਰ ਕਰਦਾ, ਵਾਰ ਵਾਰ ਦੁਹਰਾਉਂਦਾ ਹੈ। ਇਸ ਕਰਕੇ ਇਹ ਸ਼ਬਦ ਕਈ ਵਾਰੀ ਆਏ ਨੇ, ਜਗਤਵੇਸ਼ਰ ਹੈ ਸਰਵੇਸ਼ਵਰ ਹੈ। ਇੱਕ ਵਚਨ ਹੋਰ ਆਇਆ ਜੋ ਕੱਲ੍ਹ ਦੇ ਵਿਸ਼ੇ ਵਿੱਚੋਂ ਥੋੜ੍ਹਾ ਜਿਹਾ ਬਚਿਆ ਸੀ, ਉਹਦੇ ਅਰਥ ਮੈਂ 2-4 ਮਿੰਟਾਂ ਵਿੱਚ ਸਾਂਝੇ ਕਰਦੇ ਹਾਂ। ਹਜ਼ੂਰ ਨੇ ਅਕਾਲ ਪੁਰਖ ਦੇ ਸੁਭਾਅ ਬਾਰੇ ਇੱਕ ਬਚਨ ਕਿਹਾ, ਉਹ ਕਹਿੰਦੇ ਨੇ ਅਡੀਠ ਅਢੀਠ ਧਰਮ ਅਤ ਢੀਠ ਕਰਮ। ਅਡੀਠ ਧਰਮ, ਅਡੀਠ ਕਹਿੰਦੇ ਡਿੱਠ ਦਾ ਅਰਥ ਹੈ ਵੇਖਣਾ, ਜਿਹੜਾ ਉਹਦਾ ਧਰਮ ਹੈ ਨਾ ਉਹ ਕਹਿੰਦੇ ਵੇਖਣ ਵਿੱਚ ਨਹੀਂ ਆਉਂਦਾ, ਅਡੀਠ ਵੇਖਣ ਤੋਂ ਬਿਨਾਂ। ਜਿਨ੍ਹਾਂ ਨੇ ਧਰਮ ਨੂੰ ਪ੍ਰਾਪਤ ਕਰਨਾ ਹੈ ਉਹਨਾਂ ਨੂੰ ਹਜ਼ੂਰ ਸਮਝਾ ਰਹੇ ਨੇ ਕਲਗੀਧਰ ਪਾਤਸ਼ਾਹ ਆਪਣੇ ਸਿੱਖ ਨੂੰ ਵੀ ਜਿਸ ਧਰਮ ਤੱਕ ਤੁਸੀਂ ਜਾਣਾ ਹੈ, ਜਿਸ ਦੀ ਫਲ ਦੀ ਪ੍ਰਾਪਤੀ ਕਰਨੀ ਹੈ, ਉਹ ਦਿਸਣ ਵਾਲਾ ਨਹੀਂ ਹੈ। ਵੀ ਤੁਸੀਂ ਬਾਹਰ ਤਸਵੀਰ ਬਣਾ ਕੇ ਦਿਖਾ ਦਿਓ, ਨਕਸ਼ਾ ਖਿੱਚ ਦਿਓ ਸੱਚਖੰਡ ਦਾ ਵੀ ਇਸ ਤਰ੍ਹਾਂ ਦਾ ਹੈ, ਉੱਥੇ ਇਸ ਤਰ੍ਹਾਂ ਦਾ ਰੰਗ ਹੈ, ਇਸ ਤਰ੍ਹਾਂ ਦੇ ਲੋਕ ਕੱਪੜੇ ਪਾਉਂਦੇ, ਨਹੀਂ, ਉਹ ਸਾਰੇ ਦਾ ਸਾਰਾ ਨਾਂ ਦਿਸਣ ਵਾਲਾ ਹੈ। ਅਤੇ ਆਦਮੀ ਦੀ ਰੁਚੀ ਵੀ ਕੁਝ ਵਿਖਾਓ, ਮਨੁੱਖ ਵੇਖਣ ਤੋਂ ਬੜਾ ਪ੍ਰਭਾਵਿਤ ਹੁੰਦਾ।
इस करके इस तरह के धर्म बड़े चलते ने संसार में, जेडे कहिंदे ने आओ तुहानू रब दिखावांगा। वो पहली तो बेईमानी यही हो गई, क्योंकि वो तो है ही आडीठ धर्म, वह तो दिसन वाला है ही नहीं। जिथे ये लफज आ गया भी किसी ने कहा भी उथे तुहानू दिखाया जाएगा, 24 घंटिया चानण दिसेगा तुहानू, तुहानू उथे ये कुछ दिसेगा, तो उहदा मतलब साफ है भी इत्थे धोखा है, क्योंकि वह दिसण दा विशा है ही नहीं। उहते बंदे दा सुभा है, उहते बंदे दा अंदर दा जीवन है। तो जिहड़ा सतगुरु ने सानू धर्म दिता वह कहिंदे आडीठ, दिसण तो ना दिसण तक दी दुनिया, इहनू इउं कह लईए दो शब्दां विच, जो कुछ असीं अज तक वेख्या दिसण तक सीमित है। असीं गुरुद्वारियां विच धार्मिक थावां ते वी गए, उहदी व्याख्या की कीती, फलाणे थां ते गए सी यात्रा करन, की वेख्या, इमारत बहुत वड्डी है, चंदोवा साहिब बहुत वड्डा लगा होया है, लंगर उत्ते 300 प्रकार की वरायटी सी, इह बोलिया जांदा स्टेजां ते, बड़े बड़े वड्डे धर्म के आगू अजे तक भी बोली जा रहे हैं, असी फलाने थां ते इन्ने 100 लंगर की वरायटी लाई, इन्ने रंग के लड्डू वंडे सन, इन्ने रंग दियां जलेबियां वंडियां सन। किसी नूं गुरु ग्रंथ साहिब जी दे शब्द नाल किन्ने कु लोकां नाल जोड़िया, सवाल तो यह है। एक तो बाहरों जोड़ना वह चंगी गल है, भी गुरु ग्रंथ साहिब जी दे लड़ ला देना अमृत छका के भला है, किन्ने कु लोकां नूं जोड़िया, यह है धर्म। किन्ने 100 प्रकार का लंगर लाया, कोई बहुता वड्डा धर्म नहीं है, कर लेना चाहिए, माड़ा भी नहीं। पर इहदी व्याख्या की होई एड्डी वड्डी थां तों, जिथों शब्द की गल होनी सी जिस माइक विचों, जिथों नाम की गल होनी सी, जिथों गुरु के गुण दसे जाने सन, उत्थे लंगरां दी जिहड़ी ये व्याख्या शुरू हो गई। तां इह जिहड़ा धर्म असी उहदे बाद विच आप अर्थ कढ लैने, इसलिए साहब कहिंदे ने जिहड़ा दिसन वाला धर्म है ना सिख दा, बाहरों वेखे दर्शन कोई इहदे विच हर्ज नहीं, गुरुद्वारियां दे दर्शन करे, संगत दे दर्शन करे, गुरपुरबां दे दर्शन करे, नगर कीर्तन दे दर्शन कर लवे, कोई शक नहीं। पर कई बारी आपां इह कह दिंदे असीं इन्ना कुछ वेख लिया हुण ते बड़े वड्डे सिख हो गए, हजूर कहिंदे नहीं, ਇਹ ਵੇਖ ਵੇਖ ਕੇ ਤੂੰ ਉਹਨੂੰ ਵੀ ਵੇਖ ਜਿਹੜਾ ਦਿਸਦਾ ਨਹੀਂ, ਜਿਹੜਾ ਮਹਿਸੂਸ ਕੀਤਾ ਜਾਂਦਾ ਹੈ, ਉਹ ਹੈ ਗੁਰੂ ਸ਼ਬਦ, ਉਹ ਹੈ ਨਾਮ, ਉਹਦੇ ਨਾਲ ਵੀ ਕਦੀ ਜੁੜਿਆ ਨਹੀਂ ਤਾਂ ਤੂੰ ਰਾਹ ਵਿੱਚ ਹੀ ਰੁਕ ਗਿਆ, ਤੂੰ ਕਿਤੇ ਵੀ ਨਹੀਂ ਗਿਆ। ਇਸ ਕਰਕੇ ਕਹਿੰਦੇ ਆਡੀਠ ਧਰਮ, ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਉਹਦਾ ਜਿਹੜਾ ਅੰਤਰੀਵ ਧਰਮ ਹੈ, ਨਾਮ ਹੈ, ਉਹ ਆਡੀਠ ਹੈ, ਨਾ ਦਿਸਣ ਵਾਲਾ। फिर साहब कहिंदे अत ढीठ करम, ढीठ वैसे शब्द जिहड़ा असी जदों किसी नूं बहुत माड़ा बोलना होवे उदों आपां कह देंदे भी ये आदमी बड़ा ढीठ है, यह शब्द बड़ी बारी आया है। हजूर ने बाणी विच एक सिख नूं यह गल समझाई है भी जे तू धर्म कमाउणा है ना, ढीठ हो जा बिल्कुल। ढीठ का मतलब की है? तुसी भिखारी वेखे होणगे बड़े ढीठ ने, दरवाजा फड़ के बैठ जाते, भावें कोई गालां कढ़े, जो कहे भी तुसी निकम्मे हो, कम नहीं करदे, घरों कढ़े होए हो, यह है वो है, वो एक नहीं सुनदे, वो बस अपनी गल करी जांदे। हजूर कहिंदे भी जे तू धर्म कमाउणा तैनूं बड़ा वड्डा ढीठ होना पएगा। ढीठ का मतलब तू करी ही जाणा, कोई मिलदा नहीं मिलदा गल वक्खरी है। ढीठ का भाव यह है अत ढीठ करम, अकाल पुरख के जेडे करम ने ना उहदा सुभाव जेड़ा वह अत ढीठ का मतलब बड़ा सख्त है, वह अपनी लाइन नू नहीं छड़दा, जो मर्जी हो जाए अखीर तक अड़िया रहिंदा है। ते सिख दे अंदर भी गुरु ने दृढ़ता भर देनी भी वह इन्ना दृढ़ हो जाता भी जिहड़ी गल उहनू गुरु ने दसी है उहनू ही मनना पक्का करके बाकी नू सुनना ही नहीं किसी नू। अपने धर्म प्रति इन्ना ढीठ है सिख जिहड़ा, इहनू भाई गुरदास जी ने कहा कि बिन गुर शब्द ना सुने ही बोला,
गुरु तो बिना होर कोई गल सुनदा ही नहीं, कोई हवा वगे पई, कोई बोली जाए, कोई सिखाई जाए, कुछ कही जाए, पर गल जिहड़ी गुरु दे वो अंदर पक्की बज गई, होर किसी की गल नूं थां नहीं देना। उन्हों कहिंदे आत ढीठ करम अण ब्रण अनंत, अण ब्रण ब्रण वैसे वर्ण दे अर्थ ने रंग, अण दा अर्थ है जिहदा कोई रंग नहीं, वैसे वर्ण दे अर्थ हुंदे ने खून, खून दा अर्थ है लाल रंग, वो गेरवे रंग वाला नहीं है। अण ब्रण अनंत दाता महंत, बड़ा वड्डा दाता है, महंत दे अर्थ ने बहुत वड्डा, बड़ा महान है, वड्डा दाता है, और उहदे विच वड्डा दाता तिल ना तमाए, दे ही जांदा है, उहनूं कोई तमा नहीं। ऐसे अकाल पुरख नाल कलगियां वाले पातशाह जोड़ रहे ने। आओ साध संगत एक दो मिनट वास्ते गुरु शब्द नाल सांझ पाईए, सारिआं ने कृपा करनी। वाहे गुरु वाहे गुरु वाहे गुरु वाहे गुरु, वाहे गुरु।